ਅੰਮ੍ਰਿਤ ਵੇਲੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਸਰਵਣ ਕਰ ਰਹੇ ਸੀ, ਸਤਿਗੁਰਾਂ ਦੇ ਦਰਸ਼ਨ ਦਾਰੇ ਕਰ ਰਹੇ ਹਾਂ। ਸੋ ਆਓ ਗੁਰੂ ਸਾਰਿਓ, ਹੁਣ ਚੱਲ ਰਹੀ ਗੁਰ ਸ਼ਬਦ ਦੀ ਲੜੀਵਾਰ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਸੁਭਾਗ ਸਮਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਸੋ ਇਸ ਵੇਲੇ ਦੀ ਹਾਜ਼ਰੀ ਯੁਗੋ ਯੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਬਹੀਏ। ਪਿਆਰ ਸਾਹਿਬ ਫਤਿਹ ਦੀ ਸਾਂਝ ਪਾਓ। ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਇਹਨੀ ਦਿਨੀ ਰਾਗ ਮਲਾਰਕੀ ਵਾਰ ਮਹੱਲਾ ਪਹਿਲਾ। ਮਲਾਰ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਵਾਰ ਦੇ ਸਰੂਪ ਦੇ ਵਿੱਚ ਬਖਸ਼ਿਸ਼ ਹੋਈ ਹੈ, ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹਾਂ। ਸੋ ਆਓ ਗੁਰੂ ਸਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ। ਦਿਵੋ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਵੇਂ ਸਰਬਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਮਾਹਾ। ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਛਾਣ। ਐਸਾ ਦਾਰੂ ਲੋੜ ਲਹੋ, ਜਿਤ ਵੰਜੈ ਰੋਗਾ ਕਾਣ। ਜਿਤ ਦਾਰੂ ਰੋਗ ਉੱਠਿਆ ਹੈ, ਤਨ ਸੁਖ ਵਸੈ ਆਏ। ਰੋਗ ਗਵਾਏ ਆਪਣਾ, ਤਾਂ ਨਾਨਕ ਵੈਦ ਸਦਾਏ। ਪੌੜੀ ਬ੍ਰਹਮਾ ਵਿਸ਼ਨੁ ਮਹੇਸ਼ ਦੇਵ ਉਪਾਇਆ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਦਸ ਅਵਤਾਰੀ ਰਾਮ ਰਾਜਾ ਆਇਆ, ਦੈਂਤਾ ਮਾਰੇ ਧਾਏ ਹੁਕਮ ਸਵਾਇਆ। ਈਸ ਮਹੇਸ਼ਰ ਸੇਵ ਤਿਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖਤ ਰਚਾਇਆ। ਦੁਨੀਆ ਧੰਦੈ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਤੁਰਹੋਂ ਫਰਮਾਇਆ। ਦੁਨੀਆ ਧੰਦੈ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਤੁਰਹੋਂ ਫੁਰਮਾਇਆ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਅੱਜ ਦੇ ਪਾਵਨ ਪਵਿੱਤਰ
ਸ਼ਬਦ ਦੇ ਆਰੰਭ ਵਿੱਚ ਜੋ ਸਲੋਕ ਬਖਸ਼ਿਸ਼ ਕਰ ਰਹੇ ਨੇ। ਇਸ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਵੈਦ ਬੁਲਾਇਆ ਵੈਦਗੀ, ਪਕੜ ਡੰਡੋਲੇ ਬਾਂਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਇਹ ਸ਼ਬਦ ਦੀ ਉਥਾਨਕਾ ਇਸ ਪ੍ਰਕਾਰ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਅਵਸਥਾ ਵਿੱਚ ਚਲੇ ਜਾਂਦੇ ਆ ਜਿਹੜੀ ਅਵਸਥਾ ਨੂੰ ਯੋਗ ਮਤ ਪਰਾ ਅਵਸਥਾ ਕਹਿੰਦਾ, ਜਿੱਥੇ ਮਨ ਗੰਭੀਰ ਹੋ ਜਾਂਦਾ, ਇਹਨੂੰ ਗਮਗੀਨ ਅਵਸਥਾ ਜਾਂ ਉਦਾਸ ਅਵਸਥਾ ਵੀ ਕਿਹਾ ਜਾ ਸਕਦਾ ਕਿ ਮਨ ਅੰਤਰ ਆਤਮੇ ਆਪਣੇ ਆਪ ਦੇ ਵਿੱਚ ਲੱਗ ਜਾਵੇ, ਬਾਹਰ ਦੀ ਖਬਰ ਇੱਦਾਂ ਹੀ ਹੋਵੇ ਜਿਵੇਂ ਬੇਖਬਰ ਹੁੰਦਾ ਇਨਸਾਨ ਬਾਹਰਲੇ ਸਾਰੇ ਮਾਹੌਲ ਤੋਂ, ਜਾਂ ਇਸ ਅਵਸਥਾ ਦੇ ਵਿੱਚ ਕਹਿ ਲਓ ਕਿ ਜਿਵੇਂ ਕੋਈ ਬਹੁਤ ਵੱਡਾ ਰੋਗੀ ਦਿਲੋਂ ਦੁਖੀ ਹੋ ਜਾਂਦਾ ਅੰਦਰੋਂ ਆਪਣੇ ਰੋਗ ਤੋਂ ਦੁੱਖ ਤੋਂ। ਐਸੀ ਅਵਸਥਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਉਹਨਾਂ ਦੀ ਪ੍ਰਗਟ ਹੋਈ। ਸੋ ਜਦੋਂ ਇਹ ਕਾਫੀ ਦਿਨ ਚੱਲਦਾ ਰਿਹਾ ਤਾਂ ਮਾਤਾ ਤ੍ਰਿਪਤਾ ਜੀ ਉਹਨਾਂ ਨੇ ਮਹਿਤਾ ਜੀ ਨੂੰ, ਪਿਤਾ ਜੀ ਨੂੰ, ਮਹਿਤਾ ਕਲਿਆਣ ਦਾਸ ਜੀ ਨੂੰ ਇਹ ਬੇਨਤੀ ਕੀਤੀ ਕਿ ਨਾਨਕ ਜੀ ਚੁੱਪ ਚਾਪ ਰਹਿੰਦੇ ਆ, ਉਦਾਸ ਰਹਿੰਦੇ ਆ, ਨਾ ਬਹੁਤਾ ਕੁਝ ਖਾਂਦੇ ਆ, ਨਾ ਪੀਂਦੇ ਆ, ਕਿਸੇ ਨਾਲ ਗੱਲ ਨਹੀਂ ਕਰਦੇ, ਬਾਹਰ ਨਹੀਂ ਜਾਂਦੇ, ਬਸ ਅੰਦਰ ਹੀ ਆਸਣ ਲਈ ਰੱਖਦੇ ਆ। ਸੋ ਮੈਨੂੰ ਲੱਗਦਾ ਆ ਕਿ ਇਹਨਾਂ ਨੂੰ ਕੋਈ ਰੋਗ ਹੋ ਗਿਆ ਅਤੇ ਆਪਾਂ ਨੂੰ ਕਿਸੇ ਵੈਦ ਨੂੰ, ਹਕੀਮ ਨੂੰ ਬੁਲਾਉਣਾ ਚਾਹੀਦਾ। ਤਾਂ ਮਹਿਤਾ ਜੀ ਨੇ ਵੈਦ ਹਰਦਾਸ ਨੂੰ ਬੁਲਾਇਆ ਅਤੇ ਜਿਵੇਂ ਹਿਕਮਤ ਦਾ ਤਰੀਕਾ ਆ ਰੋਗ ਨੂੰ ਲੱਭਣ ਦਾ, ਅੱਜ ਵੀ ਕਿਤੇ ਕਿਤੇ ਹੈ, ਨਬਜ਼ ਨੂੰ ਪਕੜ ਕੇ ਰੋਗ ਦੀ ਪਛਾਣ ਕਰਨੀ ਕਿ ਇਸ ਤਨ ਵਿੱਚ ਕਿਹੜਾ ਰੋਗ ਹੈ। ਸੋ ਵੈਦ ਸਤਿਗੁਰੂ ਪਾਤਸ਼ਾਹ ਜੀ ਦੀ ਬਾਂਹ ਪਕੜ ਕੇ ਜਦੋਂ ਰੋਗ ਦੀ ਪਛਾਣ ਕਰਨ ਲੱਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਇਹ ਵਚਨ ਉਚਾਰਨ ਕੀਤੇ ਕਿ ਹੇ ਵੈਦ, ਤੈਨੂੰ ਵੈਦਗੀ ਵਾਸਤੇ ਬੁਲਾਇਆ ਆ ਅਤੇ ਤੂੰ ਆਪਣੀ ਵੈਦਗੀ ਦੇ ਅਸੂਲ ਮੁਤਾਬਕ ਸਾਡੀ ਬਾਂਹ ਦੇ ਵਿੱਚੋਂ ਟੰਡੋਲ ਕੇ ਭਾਵ ਨਬਜ਼ ਨੂੰ ਲੱਭਣ ਦਾ ਯਤਨ ਕਰ ਰਿਹਾ ਤਾਂ ਜੋ ਤੈਨੂੰ ਰੋਗ ਦੀ ਪਛਾਣ ਹੋ ਜਾਵੇ। ਪਰ ਕੀ ਤੈਨੂੰ ਆਪਣੇ ਰੋਗ ਦੀ ਪਛਾਣ ਹੈ? ਇੱਕ ਰੋਗ ਉਹ ਹੈ ਜਿਹੜਾ ਤਨ ਨੂੰ ਲੱਗਦਾ, ਇਹਦੀ ਹਿਕਮਤ ਤਾਂ ਤੇਰੇ ਕੋਲ ਹੋਵੇਗੀ, ਉਹਦਾ ਇਲਾਜ ਤਾਂ ਤੂੰ ਕਰ ਸਕਦਾ। ਕੀ ਤੇਰੇ ਕੋਲ ਮਨ ਦੇ ਰੋਗ ਦਾ ਵੀ ਇਲਾਜ ਹੈ, ਮਾਨਸਿਕ ਰੋਗ ਦਾ ਇਲਾਜ ਹੈ? ਤਾਂ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਵੈਦ ਹਰਦਾਸ ਦੇ ਅੱਗੇ ਸਵਾਲ ਰੱਖਿਆ ਅਤੇ ਨਾਲ ਹੀ ਆਪਣੇ ਰੋਗ ਦੀ ਗੱਲ ਕੀਤੀ ਕਿ ਸਾਡੇ ਤਨ ਦੇ ਵਿੱਚ ਕਿਹੜਾ ਰੋਗ ਹੈ, ਜਾਂ ਜੀਵਾਂ ਦੇ ਤਨ ਵਿੱਚ ਅਸਲ ਵਿੱਚ ਰੋਗ ਕਿਹੜਾ ਮਨ ਨੂੰ ਜਿਹੜਾ ਲੱਗਾ ਹੋਇਆ ਆ, ਉਹ ਅੱਜ ਦੀ ਵਿਚਾਰ ਵਿੱਚ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਕਿਰਪਾ ਕਰਦੇ ਨੇ, ਸਲੋਕ ਮਹੱਲਾ ਪਹਿਲਾ।
ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ। ਕਹਿੰਦੇ ਨੇ ਕਿ ਹਕੀਮ ਮਰੀਜ਼ ਨੂੰ ਦਵਾਈ ਦੇਣ ਲਈ ਸੱਦਿਆ ਜਾਂਦਾ ਆ। ਉਹ ਮਰੀਜ਼ ਦੀ ਬਾਂਹ ਫੜ ਕੇ ਨਾੜੀ ਫੋਲ ਟੋਲਦਾ ਆ ਅਤੇ ਮਰਜ਼ ਭਾਵ ਬਿਮਾਰੀ ਨੂੰ ਲੱਭਣ ਦਾ ਯਤਨ ਕਰਦਾ ਕਿ ਮੈਨੂੰ ਇਹਦੇ ਤਨ ਦੇ ਵਿੱਚੋਂ ਬਿਮਾਰੀ ਲੱਭ ਜਾਵੇ ਤਾਂ ਜੋ ਮੈਂ ਇਹਦਾ ਇਲਾਜ ਕਰ ਸਕਾਂ। ਤਿੰਨ ਤਰ੍ਹਾਂ ਦੇ ਰੋਗ ਲੱਗਦੇ ਆ, ਆਦ ਵਿਆਦ ਉਪਾਦ, ਮਾਨਸਿਕ ਸਰੀਰਕ ਅਤੇ ਸਮਾਜਿਕ। ਮਾਨਸਿਕ ਰੋਗ ਵੀ ਚਲੋ ਮਨੋਵਿਗਿਆਨਕ ਜਿਹੜੇ ਵਿਭਾਗ ਦੇ ਡਾਕਟਰ ਹੁੰਦੇ ਆ ਉਹ ਕਹਿ ਸਕਦੇ ਆ ਕਿ ਅਸੀਂ ਕਰ ਸਕਦੇ ਹਾਂ, ਪਰੇਸ਼ਾਨੀ ਦੀ ਤਹਿ ਤੱਕ ਜਾ ਕੇ, ਜੜ੍ਹ ਤੱਕ ਜਾ ਕੇ ਇਹਨੂੰ ਪਰੇਸ਼ਾਨੀ ਕਿਹੜੀ ਗੱਲ ਦੀ, ਜੇ ਨਾ ਲੱਭੇ ਤਾਂ ਹਿਪਨੋਟਾਈਜ਼ ਵਰਗੇ ਕਈ ਵਿਧੀਆਂ ਹੈਗੀਆਂ ਜਿਹੜਾ ਮਰੀਜ਼ ਨੂੰ ਨੀਂਦ ਬੇਹੋਸ਼ੀ ਵਿੱਚ ਲੈ ਜਾਂਦੇ ਆ, ਜਿੰਨਾ ਮਰਜ਼ੀ ਪਿੱਛੇ ਉਹਦੀ ਉਮਰ ਦੇ ਭਾਵੇਂ 20 ਸਾਲ ਪਿੱਛੇ ਲੈ ਜਾਣ ਉਹਨੂੰ ਹਿਪਨੋਟਾਈਜ਼ ਕਰਕੇ, ਤਾਂ ਮਰੀਜ਼ ਦੇ ਮੂੰਹ ਦੇ ਵਿੱਚੋਂ ਉਹ ਬੁਲਵਾ ਲੈਂਦੇ ਆ ਕਿ ਇਹਨੂੰ ਡਰ ਕਿਹੜੀ ਗੱਲ ਦਾ, ਕਿਉਂਕਿ ਮਾਨਸਿਕ ਰੋਗ ਕਈ ਤਰ੍ਹਾਂ ਦੇ ਹੁੰਦੇ ਆ। ਗੁੰਮਸੁੰਮ ਹੋ ਜਾਣਾ, ਫਿਕਰ ਲੱਗਾ ਰਹਿਣਾ ਵਿਅਰਥ ਦਾ, ਅਤੇ ਜਿਵੇਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਕੇ ਅਤੇ ਹੋਰ ਹਰਕਤਾਂ ਕਰਨ ਲੱਗ ਜਾਣਾ ਜਿਹੜੀਆਂ ਅਬਨੋਰਮਲ ਬੰਦਾ ਕਰਦਾ, ਭਾਵ ਜਿਹਦਾ ਦਿਮਾਗ ਸਹੀ ਟਿਕਾਣੇ 'ਤੇ ਨਾ ਹੋਵੇ, ਜਿਵੇਂ ਕੋਈ ਕਮਲਾ ਮਨੁੱਖ ਕਰਦਾ, ਇੱਦਾਂ ਦੀਆਂ ਹਰਕਤਾਂ ਕਰਨ ਲੱਗ ਜਾਣਾ, ਜਾਂ ਕੁਛ ਹੈ ਵੀ ਨਹੀਂ ਉਹ ਦਿਸਣ ਲੱਗ ਜਾਣਾ, ਕੋਈ ਖਤਰਾ ਵੀ ਨਹੀਂ ਪਰ ਖਤਰਾ ਬਹੁਤ ਵੱਡਾ ਜੀਵਨ ਵਿੱਚ ਬੈਠ ਜਾਣਾ, ਕਿਸੇ ਗੱਲ ਤੋਂ ਸਹਿਮ ਡਰਦਾ ਮਨ ਦੇ ਵਿੱਚ ਬੈਠ ਜਾਣਾ, ਇਹ ਸਾਰੀ ਹੀ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਬਹੁਤ ਅਲਾਮਤਾਂ ਹੁੰਦੀਆਂ ਨੇ। ਕਿਸੇ ਚੀਜ਼ ਤੋਂ ਅਚਾਨਕ ਹੀ ਡਰ ਪੈਦਾ ਹੋ ਜਾਣਾ, ਹਨੇਰੇ ਤੋਂ ਡਰ ਲੱਗਣ ਲੱਗ ਜਾਣਾ, ਜਾਂ ਬਾਹਰ ਇਕੱਲੇ ਵਿਚਰਨ ਤੋਂ, ਇਕੱਲੇ ਬੈਠਣ ਤੋਂ ਡਰ ਲੱਗਣ ਲੱਗ ਜਾਣਾ, ਖਾ ਮੁਖਾ ਕਿਸੇ ਦੇ ਪ੍ਰਤੀ ਮਨ ਵਿੱਚ ਗਲਤ ਧਾਰਨਾ ਬਣ ਜਾਣੀ ਕਿ ਇਹਨੇ ਮੇਰਾ ਨੁਕਸਾਨ ਕਰ ਦੇਣਾ। ਸੋ ਐਸੇ ਬਹੁਤ ਸਾਰੇ ਰੋਗ ਨੇ ਜਿਹੜੇ ਮਾਨਸਿਕ ਨੇ, ਆਦਿ ਜਿਹਨੂੰ ਗੁਰਬਾਣੀ 'ਚ ਆਦਿ ਕਿਹਾ ਗਿਆ, ਵਿਆਦ, ਵਿਆਦ ਤੋਂ ਭਾਵ ਹੈ ਸਰੀਰਕ ਰੋਗ, ਇਹ ਵਾਈ ਕਫ ਆਦਿਕ, ਇਹਦੇ ਤੋਂ ਕਿਸੇ ਨੂੰ ਤਾਪ ਹੋ ਗਿਆ, ਕਿਸੇ ਨੂੰ ਕਿਸੇ ਕਿਸਮ ਦਾ ਰੋਗ, ਕਿਸੇ ਨੂੰ ਕਿਸੇ ਕਿਸਮ ਦਾ ਰੋਗ ਹੋ ਗਿਆ, ਇਹ ਹੈ ਵਿਆਦ ਭਾਵ ਜਿਹੜੇ ਸਰੀਰਕ ਰੋਗ ਲੱਗਦੇ ਆ। ਉਪਾਦ ਤੋਂ ਭਾਵ ਹੈ ਘਰ ਵਿੱਚ ਕਲੇਸ਼ ਪੈ ਜਾਣਾ, ਮੁਕੱਦਮਾ ਪੈ ਜਾਣਾ, ਸਮਾਜ ਵਿੱਚ ਮਾਣਹਾਨੀ ਹੋ ਜਾਣੀ, ਭਾਵ ਇਸ ਕਿਸਮ ਦੇ ਜਿਹੜੇ ਸਮਾਜਿਕ ਤਾਣਾ ਬਾਣਾ ਉਲਝ ਜਾਣਾ, ਇਹਨੂੰ ਉਪਾਦ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਆ। ਹੁਣ ਜਿਹੜਾ ਤਨ ਦਾ ਰੋਗ ਹੈ ਨਾ, ਇਹਦਾ ਤਾਂ ਹਕੀਮ ਦਾਅਵਾ ਕਰ ਸਕਦਾ ਕਿ ਮੇਰੇ ਕੋਲ ਬਹੁਤ ਕਾਰਗਰ ਅਤੇ ਪੁਰਾਣਾ ਇਲਾਜ ਹੈ, ਮੈਂ ਕਰ ਸਕਦਾ, ਕੋਈ ਨਵੀਂ ਖੋਜ ਕਰਕੇ ਨਵਾਂ ਇਲਾਜ ਵੀ ਲੱਭ ਸਕਦਾ। ਪਰ ਜਿਹੜੀ ਹਿਰਦੇ ਨੂੰ ਪੀੜਾ ਹੁੰਦੀ ਹੈ ਨਾ, ਜਿਹੜਾ ਮਨ ਨੂੰ ਰੋਗ ਹੁੰਦਾ, ਉਹਦੀ ਪਛਾਣ ਕਿਸੇ ਹਕੀਮ ਨੂੰ ਨਹੀਂ ਆ ਸਕਦੀ, ਕਿਉਂਕਿ ਨਬਜ਼ ਵਿੱਚ ਨਹੀਂ ਆਉਣਾ। ਬਹੁਤ ਸਾਰੇ ਐਸੇ ਮਨੁੱਖ ਮਿਲਣਗੇ ਇਸ ਸਮਾਜ ਵਿੱਚ ਵਿਚਰਦਿਆਂ ਜਿਹੜੇ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਨੁਕਸ ਕਿਹੜਾ, ਭਾਵ ਨਾ ਉਹ ਟੈਸਟਾਂ ਵਿੱਚ ਆਵੇ, ਨਾ ਉਹ ਐਕਸਰੇ ਵਿੱਚ ਆਵੇ ਕਿਸੇ ਦੇ, ਨਾ ਉਹ ਨਬਜ਼ ਟੋਇਆਂ ਪਤਾ ਲੱਗੇ, ਫਿਰ ਐਸੇ ਮਰਜ਼ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਕਿ ਹੇ ਵੈਦ, ਜੇ ਤੂੰ ਲੱਭ ਸਕਦਾ ਜਾਂ ਤੂੰ ਇਹਦਾ ਇਲਾਜ ਕਰ ਸਕਦਾ ਹੈ ਤਾਂ ਕਰ ਲੈ, ਵਰਨਾ ਇਹ ਰੋਗ ਤੈਨੂੰ ਵੀ ਲੱਗਾ ਹੋਇਆ ਹੈ, ਤੂੰ ਤਾਂ ਖੁਦ ਰੋਗੀ ਹੈ, ਤੂੰ ਕਿਸੇ ਬਿਮਾਰ ਦਾ ਰੋਗੀ ਦਾ ਇਲਾਜ ਕਿਵੇਂ ਕਰੇਂਗਾ।
ਸੋ ਇਸ ਵਾਸਤੇ ਸਾਧੂ ਉਸ ਵੈਦ ਨੂੰ ਕਹਿੰਦੇ ਆ ਕਿ ਤੈਨੂੰ ਵੈਦਗੀ ਵਾਸਤੇ ਬੁਲਾਇਆ, ਜਾਂ ਕਹਿੰਦੇ ਨੇ ਕਿ ਵੈਦ ਨੂੰ ਵੈਦਗੀ ਵਾਸਤੇ ਬੁਲਾਇਆ ਜਾਂਦਾ ਆ, ਅਤੇ ਉਹ ਬਾਂਹ ਨੂੰ ਟਟੋਲ ਕੇ ਪਕੜ ਕੇ ਟਟੋਲ ਕੇ ਉਹਦੇ ਵਿੱਚੋਂ ਨਬਜ਼ ਵਿੱਚੋਂ ਮਰਜ਼ ਲੱਭਣ ਦਾ ਯਤਨ ਕਰਦਾ, ਬਿਮਾਰੀ ਲੱਭਣ ਦਾ ਯਤਨ ਕਰਦਾ ਆ। ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ, ਭੋਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ। ਪਰ ਅਣਜਾਣ ਹਕੀਮ ਇਹ ਨਹੀਂ ਜਾਣਦਾ ਕਿ ਪਰਮਾਤਮਾ ਤੋਂ ਵਿਛੋੜੇ ਦੀ ਪੀੜ ਬਿਰਹੀ ਬੰਦਿਆਂ ਦੇ ਦਿਲ ਵਿੱਚ ਹੋਇਆ ਕਰਦੀ ਹੈ। ਜਿਨ੍ਹਾਂ ਦੇ ਅੰਦਰ ਬਿਰਹਾ ਹੈ, ਬਿਰਹਾ ਤੋਂ ਭਾਵ ਵਿਛੋੜਾ ਅਤੇ ਵਿਛੋੜੇ ਦੀ ਪੀੜ, ਪਰਮਾਤਮਾ ਤੋਂ, ਰੱਬ ਤੋਂ, ਉਸ ਵਾਹਿਗੁਰੂ ਜੀ ਤੋਂ ਜਦੋਂ ਜੀਵ ਵਿਛੜ ਜਾਂਦਾ ਆ ਤਾਂ ਉਹਦੇ ਅੰਦਰ ਵੀ ਪੀੜਾ ਹੁੰਦੀ ਹੈ, ਜਿਹਦਾ ਕੋਈ ਇਲਾਜ ਨਹੀਂ, ਜਿਹਦਾ ਇਲਾਜ ਕੇਵਲ ਪਰਮਾਤਮਾ ਦਾ ਨਾਮ ਹੈ ਅਤੇ ਪਰਮਾਤਮਾ ਦੇ ਨਾਲ ਮਿਲਾਪ ਹੈ। ਜਿੱਥੋਂ ਤੱਕ ਦੂਸਰੇ ਦੁੱਖਾਂ ਦੀ, ਰੋਗਾਂ ਦੀ ਗੱਲ ਹੈ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ। ਬਾਬਾ ਫਰੀਦ ਜੀ ਕਹਿੰਦੇ ਆ ਕਿ ਇਹ ਫਰੀਦ, ਮੈਂ ਤਾਂ ਸਮਝਿਆ ਸੀ ਕਿ ਦੁੱਖ ਮੈਨੂੰ ਹੀ ਹੈ, ਪਰ ਜਦੋਂ ਮੈਂ ਜਗਤ ਵੱਲ ਵੇਖਿਆ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਵਰਗੇ ਅਤੇ ਮੇਰੇ ਤੋਂ ਵੱਧ ਦੁਖੀ ਤਾਂ ਸਾਰੇ ਜਗਤ ਵਿੱਚ ਹੀ ਭਰੇ ਪਏ। ਸਬਾਇਆ ਤੋਂ ਭਾਵ ਹੈ ਸਾਰੇ ਜਗ ਤੋਂ ਭਾਵ ਹੈ ਦੁਨੀਆ, ਦੁੱਖ ਤਾਂ ਸਾਰਿਆਂ ਨੂੰ ਹੀ, ਦੁੱਖ ਤਾਂ ਕੋਈ ਵੀ ਨਹੀਂ ਬਚਿਆ ਹੋਇਆ। ਕਹਿੰਦੇ ਮੈਨੂੰ ਤਾਂ ਸਗੋਂ ਇਹ ਮਹਿਸੂਸ ਹੋਇਆ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ, ਉੱਚੇ ਚੜ੍ਹ ਕੇ ਤੋਂ ਭਾਵ ਹੈ ਕਿ ਸੁੱਤ ਨੂੰ ਉੱਚੀ ਕਰਕੇ ਵੇਖਿਆ ਤਾਂ ਮੈਨੂੰ ਕੀ ਮਹਿਸੂਸ ਹੋਇਆ ਕਿ ਇਹ ਅੱਗ ਤਾਂ ਦੁੱਖਾਂ ਦੀ ਘਰ ਘਰ ਵਿੱਚ ਲੱਗੀ ਹੋਈ ਹੈ, ਮੈਨੂੰ ਕੋਈ ਇਕੱਲੇ ਨੂੰ ਥੋੜ੍ਹੀ ਲੱਗੀ। ਜਦੋਂ ਕਿਤੇ ਹਸਪਤਾਲ ਵਗੈਰਾ ਜਾਣ ਦਾ ਮੌਕਾ ਜੀਵ ਨੂੰ ਮਿਲਦਾ ਨਾ, ਤਾਂ ਉੱਥੇ ਜਾ ਕੇ ਜਿੱਥੇ ਮਨ ਕਈ ਵਾਰਾਂ ਭੈ ਭੀਤ ਵੀ ਹੁੰਦਾ, ਉੱਥੇ ਕਈ ਵਾਰਾਂ ਵੇਖ ਕੇ ਵੀ ਹੁੰਦਾ ਕਿ ਕਿਤਨੀ ਦੁਨੀਆ ਦੁਖੀ ਅਸੀਂ ਇਕੱਲੇ ਥੋੜ੍ਹੀ ਦੁਖੀ। ਜਦੋਂ ਕਿਤੇ ਮਨ ਪਰੇਸ਼ਾਨ ਹੋਵੇ ਨਾ, ਤਾਂ ਆਪਣੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੈ ਪਿੰਗਲਵਾੜਾ, ਜੇ ਕਿਤੇ ਸਮਾਂ ਮਿਲੇ ਤਾਂ ਉੱਥੇ ਚੱਕਰ ਲਾ ਕੇ ਵੇਖ ਲਈਏ ਕਿ ਕਿੰਨੇ ਦੁਖੀ, ਕਿੰਨੇ ਲਾਚਾਰ ਲੋਕ ਨੇ। ਜੇ ਮਨ ਤਸੱਲੀ ਨਾ ਫੜੇ ਤਾਂ ਅਨਾਥ ਆਸ਼ਰਮ, ਬਿਰਧ ਆਸ਼ਰਮ, ਉੱਥੇ ਜਾ ਕੇ ਵੇਖ ਲਓ ਕਿੰਨੇ ਲੋਕ ਦੁਖੀ ਨੇ, ਕਿੰਨੀਆਂ ਮਾਵਾਂ, ਕਿੰਨੇ ਬਾਪ ਉਹਨਾਂ ਬਿਰਧ ਆਸ਼ਰਮਾਂ, ਅਨਾਥ ਆਸ਼ਰਮਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ, ਜਿਨ੍ਹਾਂ ਦੇ ਧੀਆਂ ਪੁੱਤਰ ਵੀ ਜਿਉਂਦੇ ਨੇ ਪਰ ਸੰਭਾਲਣ ਤੋਂ ਇਨਕਾਰ ਕਰ ਦਿੱਤਾ, ਬਿਰਧ ਆਸ਼ਰਮ ਅਨਾਥ ਆਸ਼ਰਮਾਂ ਦੇ ਵਿੱਚ ਉਹ ਰੁਲਦੇ ਫਿਰਦੇ ਆ। ਅਤੇ ਕਈ ਵਾਰ ਤਾਂ ਇੱਥੋਂ ਤੱਕ ਵੀ ਉਹ ਕਹਿੰਦੇ ਆ ਜਿਹੜੇ ਐਨ ਜੀ ਓ ਵਾਲੇ ਆ, ਜਿਹੜੇ ਅਨਾਥ ਆਸ਼ਰਮ ਵਗੈਰਾ ਚਲਾ ਰਹੇ ਆ, ਕਿ ਚੜ੍ਹਾਈ ਕਰ ਜਾਂਦੇ ਆ ਬਜ਼ੁਰਗ, ਅਤੇ ਜਦੋਂ ਫੋਨ ਕਰੀਦਾ ਕਹਿੰਦੇ ਸੰਸਕਾਰ ਕਰ ਦਿਆ, ਜਾਣ ਦਾ ਵੀ ਕਿਸੇ ਕੋਲ ਸਮਾਂ ਨਹੀਂ। ਅਤੇ ਉਹ ਲੋਕ ਵੀ ਉੱਥੇ ਨੇ ਜਿਹੜੇ ਲੋਕ ਪੂਰਾ ਪੂਰਾ ਪਰਿਵਾਰ ਬਾਹਰ ਚਲਿਆ ਗਿਆ ਅਤੇ ਪਿੱਛੋਂ ਬਜ਼ੁਰਗ ਰਹਿ ਗਏ ਇਕੱਲੇ, ਅਤੇ ਉਹਨਾਂ ਦੀ ਹੁਣ ਸੰਭਾਲ ਕਰਨ ਵਾਲਾ ਕੋਈ ਨਹੀਂ ਆ, ਉਹ ਲੋਕ ਵੀ ਅਨਾਥ ਆਸ਼ਰਮਾਂ ਵਿੱਚ ਆਪਣੇ ਮਾਂ ਬਾਪ ਨੂੰ ਛੱਡਦੇ। ਜੇ ਦੇਖਣ ਦਾ ਯਤਨ ਕਰਾਂਗੇ ਨਾ
ਤਾਂ ਇਹ ਮਹਿਸੂਸ ਹੋਵੇਗਾ ਕਿ ਅਸੀਂ ਤਾਂ ਦੂਸਰਿਆਂ ਨਾਲੋਂ ਅਜੇ ਬੜੇ ਸੁਖੀ ਹਾਂ। ਉਦਾਂ ਹਰ ਇਨਸਾਨ ਨੂੰ ਇਹ ਲੱਗਦਾ ਕਿ ਮੈਂ ਬਹੁਤ ਦੁਖੀ ਹਾਂ। ਕਿਸੇ ਨੂੰ ਪੁੱਛ ਕੇ ਵੇਖ ਲਓ, ਉਹ ਕਹਿੰਦਾ ਮੇਰੇ ਤੋਂ ਵੱਧ ਦੁਖੀ ਕੌਣ ਹੈ। ਕਿ ਉਹਨਾਂ ਚਿਰ ਤੈਨੂੰ ਲੱਗਣਾ ਜਿੰਨਾ ਚਿਰ ਸਿਰਫ ਆਪਣੇ ਦੁੱਖ ਨੂੰ ਤੂੰ ਦੁੱਖ ਮੰਨ ਕੇ ਬੈਠਾ ਹੋਇਆ ਆ ਕਿ ਮੇਰਾ ਦੁੱਖ ਦੁੱਖ ਹੈ, ਬਾਕੀ ਦੀ ਸਾਰੀ ਦੁਨੀਆ ਸੁਖੀ ਹੈ। ਪਰ ਬਾਬਾ ਫਰੀਦ ਜੀ ਕਹਿੰਦੇ ਜਦੋਂ ਸੁਰਤ ਨੂੰ ਉੱਚੀ ਕਰਕੇ ਵੇਖਿਆ, ਉੱਚਾ ਚੜ੍ਹਕਾ ਜਦੋਂ ਵੇਖਿਆ ਨਾ ਬਾਬਾ ਫਰੀਦ ਜੀ ਕਹਿੰਦੇ, ਤਾਂ ਕੀ ਮਹਿਸੂਸ ਹੋਇਆ? ਘਰ ਘਰ ਇਹ ਅੱਗ, ਕਹਿੰਦੇ ਨੇ ਘਰ ਘਰ ਵਿੱਚ ਇਹੋ ਅੱਗ ਲੱਗੀ ਹੋਈ ਹੈ। ਹਰ ਇਨਸਾਨ ਦੁਖੀ ਹੈ। ਪਹਿਲੇ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੈਦ ਨੂੰ ਇਹ ਕਿਹਾ ਕਿ ਜੇ ਤੂੰ ਇਸ ਮਰਜ਼ ਦਾ ਇਲਾਜ ਕਰ ਸਕਦਾ ਆ, ਜਿਹੜਾ ਪਰਮਾਤਮਾ ਤੋਂ ਵਿਛੋੜੇ ਦੇ ਕਾਰਨ ਪਰਮਾਤਮਾ ਦੇ ਪਿਆਰਿਆਂ ਬੰਦਗੀ ਕਰਨ ਵਾਲਿਆਂ ਦੇ ਅੰਦਰ ਰੋਗ ਉਪਜਦਾ, ਤਾਂ ਫਿਰ ਤੂੰ ਕਾਰਗਰ ਹਕੀਮ ਹੈ, ਵਰਨਾ ਤੈਨੂੰ ਤਾਂ ਆਪ ਖੁਦ ਇਹ ਰੋਗ ਲੱਗਿਆ ਹੋਇਆ, ਤੂੰ ਤਾਂ ਆਪਣਾ ਇਲਾਜ ਨਹੀਂ ਕੀਤਾ, ਸਾਡਾ ਇਲਾਜ ਕੀ ਕਰੇਗਾ? ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਭੋਲਾ ਵੈਦ ਨਾ ਜਾਣੀ, ਕਹਿੰਦੇ ਨੇ ਭੋਲਾ ਵੈਦ ਇਹ ਨਹੀਂ ਜਾਣਦਾ ਕਰਕ ਕਲੇਜੇ ਮਾਹੇ, ਕਿ ਪੀੜਾ ਤਾਂ ਕਲੇਜੇ ਦੇ ਵਿੱਚ ਹੈ, ਹਿਰਦੇ ਦੇ ਵਿੱਚ ਹੈ, ਜਿਹੜੀ ਪੀੜਾ ਪਰਮਾਤਮਾ ਤੋਂ ਵਿਛੜੇ ਹੋਏ ਬਿਰਹੀ ਜੀਵ ਦੇ ਅੰਦਰ ਹੁੰਦੀ ਹੈ। ਦੂਸਰੇ ਸਲੋਕ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ ਨੇ, ਮਹੱਲਾ ਦੂਜਾ ਵੈਦਾ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਣ, ਹੇ ਵੈਦ ਤੂੰ ਚੰਗਾ ਵੈਦ ਸ੍ਰੇਸ਼ਟ ਵੈਦ ਤਾਂ ਹੈ ਜੇ ਤੂੰ ਪਹਿਲਾਂ ਰੋਗ ਦੀ ਪਛਾਣ ਕਰੇ ਆਪਣੇ ਵੀ ਅਤੇ ਜਿਹਦਾ ਤੂੰ ਇਲਾਜ ਕਰਨ ਆਇਆ ਉਸਦਾ ਵੀ। ਇਹ ਸ਼ਬਦ ਦੀ ਦੋ ਤਰ੍ਹਾਂ ਦੀ ਉਥਾਨਕਾ ਹੈ। ਇੱਕ ਤਾਂ ਇਹ ਕਿਹਾ ਜਾਂਦਾ ਹੈ ਕਿ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਮਹਾਰਾਜ ਬਿਰਾਜਮਾਨ ਨੇ, ਸਿੱਖ ਸੰਗਤਾਂ ਨੇ ਆਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਸਲੋਕ ਉਚਾਰਨ ਕੀਤਾ ਮਹੱਲੇ ਪਹਿਲੇ ਦੇ ਵਿੱਚ, ਸਤਿਗੁਰੂ ਪਾਤਸ਼ਾਹ ਉਹਦਾ ਥੋੜ੍ਹਾ ਹੋਰ ਵਿਸਤਾਰ ਵੀ ਕਿਰਪਾ ਕਰੋ ਸਾਨੂੰ ਦੱਸੋ। ਤਾਂ ਸਤਿਗੁਰੂ ਪਾਤਸ਼ਾਹ ਨੇ ਇਹ ਦੂਸਰੇ ਮਹੱਲੇ ਵਿੱਚ ਸਲੋਕ ਉਚਾਰਨ ਕੀਤਾ। ਦੂਸਰੀ ਉਥਾਨਕਾ ਇਹ ਮਿਲਦੀ ਹੈ ਕਿ ਗੁਰੂ ਅੰਗਦ ਦੇਵ ਮਹਾਰਾਜ ਵੀ ਇਸੇ ਹੀ ਅਵਸਥਾ ਦੇ ਵਿੱਚ ਡਿੱਗ ਗਏ ਨੇ। ਤਾਂ ਪਿਤਾ ਫੇਰੂਮੱਲ ਜੀ ਨੂੰ ਇਹ ਕਿਹਾ ਗਿਆ ਕਿ ਇਹਨਾਂ ਦਾ ਇਲਾਜ ਕਰਾਉਣਾ ਚਾਹੀਦਾ। ਤਾਂ ਉਸ ਵੇਲੇ ਵੀ ਕਹਿੰਦੇ ਆ ਕਿ ਇੱਕ ਹਕੀਮ ਬੁਲਾਇਆ ਗਿਆ ਜਿਹਨੇ ਸਤਿਗੁਰਾਂ ਦੀ ਉਸੇ ਤਰ੍ਹਾਂ ਹੀ ਨਬਜ਼ ਟਟੋਲ ਕੇ ਇਲਾਜ ਕਰਨ ਦਾ, ਲੱਭਣ ਦਾ, ਰੋਗ ਲੱਭਣ ਦਾ ਯਤਨ ਕੀਤਾ। ਤਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਸ ਵੈਦ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵਾਂਗ ਸੰਬੋਧਨ ਕਰਕੇ ਅਤੇ ਇਹ ਸਮਝਾਇਆ ਕਿ ਤੂੰ ਚੰਗਾ ਵੈਦ ਤਾਂ ਹੈ, ਹਿਕਮਤ ਦਾ ਮਾਹਰ ਤੂੰ ਤਾਂ ਗਿਣਿਆ ਜਾ ਸਕਦਾ ਆ ਜੇ ਤੂੰ ਪਹਿਲਾਂ ਰੋਗ ਦੀ ਪਛਾਣ ਕਰੇ। ਪਹਿਲਾਂ ਇਹ ਤਾਂ ਦੱਸ ਸਾਨੂੰ ਰੋਗ ਕੀ ਹੈ। ਕਈ ਵਾਰ ਐਸਾ ਹੁੰਦਾ ਹੈ ਕਿ ਡਾਕਟਰ ਜਾਂ ਹਕੀਮ ਜਿਹਦੇ ਕੋਲ ਅਸੀਂ ਦਵਾਈ ਲੈਣ ਜਾਂਦੇ ਹਾਂ ਨਾ, ਉਹ ਸਾਡਾ ਚੈੱਕਅਪ ਕਰਦਾ ਅਤੇ ਚੁੱਪ ਕਰਕੇ ਦਵਾਈ ਲੈਣੀ ਸ਼ੁਰੂ ਕਰ ਦਿੰਦਾ। ਫਿਰ ਅਸੀਂ ਪੁੱਛਦੇ ਹਾਂ ਲਾਗੂ ਕਿ ਡਾਕਟਰ ਸਾਹਿਬ ਨੁਕਸ ਕੀ ਆ, ਬੀ ਪੀ ਵਧਿਆ ਜਾਂ ਬੁਖਾਰ ਆ ਜਾਂ ਆਕਸੀਜਨ ਘਟੀ ਆ, ਧੜਕਣ ਵੱਧ ਘੱਟ ਆ, ਕੀ ਕਾਰਨ ਹੈ? ਅਤੇ ਹੁਣ ਡਾਕਟਰ ਉਹ ਜਵਾਬ ਹੀ ਕੋਈ ਨਾ ਦੇਵੇ, ਗਾੜੀਆਂ ਬੋਲੇ ਹੀ ਨਾ। ਇਹਦਾ ਮਤਲਬ ਇਹ ਹੁੰਦਾ ਕਿ ਇਹਨੂੰ ਮਰਜ਼ ਦਾ ਤਾਂ ਨਹੀਂ ਪਤਾ ਲੱਗਾ ਪਰ ਦਵਾਈ ਦੇ ਤਾਂ ਲੱਗਾ ਕਿ ਚੱਲ ਦਵਾਈ ਖਾ ਕੇ ਹੋ ਸਕਦਾ ਹੈ ਕਿ ਕੋਈ ਇਲਾਜ ਹੋ ਜਾਵੇ। ਪਰ
ਜੇ ਡਾਕਟਰ ਨੂੰ, ਵੈਦ ਨੂੰ, ਹਕੀਮ ਨੂੰ ਰੋਗ ਦਾ ਪਤਾ ਲੱਗ ਜਾਵੇ ਤਾਂ ਉਹ ਪਹਿਲਾਂ ਦੱਸਦਾ ਹੈ ਕਿ ਤੈਨੂੰ ਆਹ ਨੁਕਸ ਹੈ, ਇਸ ਕਾਰਨ ਹੋਇਆ, ਆਹ ਦਵਾਈ ਖਾਣੀ ਪੈਣੀ, ਇੰਨਾ ਚਿਰ ਖਾਣਾ ਪੈਣਾ, ਜਾਂ ਕੋਈ ਟੈਸਟ ਆਦਿ ਕਰਾਉਣੇ ਤਾਂ ਵੀ ਦੱਸ ਦਿੰਦਾ, ਆਹ ਤੈਨੂੰ ਪਰਹੇਜ਼ ਕਰਨੇ ਪੈਣੇ। ਇਹ ਹੈ ਉਸ ਵੈਦ ਹਕੀਮ ਡਾਕਟਰ ਦੀ ਗੱਲ, ਜਿਹਨੂੰ ਮਰਜ਼ ਦੀ ਭਾਵ ਨੁਕਸ ਦੀ ਸਮਝ ਆ ਗਈ ਹੈ, ਉਹ ਹੁਣ ਪਕੜ ਚੁੱਕਾ ਆ ਕਿ ਇਹਨੂੰ ਆਹ ਨੁਕਸ ਆ, ਉਹੀ ਕਾਰਗਰ ਇਲਾਜ ਕਰ ਸਕਦਾ। ਅਤੇ ਜਿਹੜਾ ਤੁਹਾਡੀ ਗੱਲ ਦਾ ਹੀ ਜਵਾਬ ਨਾ ਦੇਵੇ ਕਿ ਹੋਇਆ ਕੀ ਹੈ, ਤਾਂ ਫਿਰ ਉਹਨੂੰ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਵਾਲ ਕੀਤਾ, ਇਹੀ ਸਵਾਲ ਕਰਨਾ ਬਣਦਾ ਕਿ ਤੂੰ ਹਕੀਮ ਡਾਕਟਰ ਵੈਦ ਤਾਂ ਹੀ ਆ ਨਾ ਜੇ ਤੂੰ ਪਹਿਲਾਂ ਰੋਗ ਦੀ ਪਛਾਣ ਕਰੇ। ਜੇ ਤੈਨੂੰ ਰੋਗ ਦੀ ਪਛਾਣ ਨਹੀਂ ਆਈ ਤਾਂ ਫਿਰ ਤੂੰ ਇਲਾਜ ਕੀ ਕਰੇਂਗਾ। ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਆ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ। ਹੇ ਵੈਦਾ, ਜੇ ਤੂੰ ਚੰਗਾ ਵੈਦ ਹੈ, ਕਾਰਗਰ ਵੈਦ ਹੈ, ਤੂੰ ਅਖਵਾਉਂਦਾ ਹੈ ਕਿ ਮੈਂ ਹਕੀਮ ਹਾਂ, ਤਾਂ ਪਹਿਲਾਂ ਰੋਗ ਦੀ ਪਛਾਣ ਕਰਕੇ ਮੈਨੂੰ ਰੋਗ ਕੀ ਹੈ, ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾਂ ਕਾਣ। ਕੋਈ ਐਸਾ ਦਾਰੂ ਲੱਭ ਜਿਹਦੇ ਨਾਲ ਜਿਹੜਾ ਦੁੱਖਾਂ ਦਾ ਕਾਣ ਬਣ ਗਿਆ ਉਹ ਵੰਜੈ ਤੋਂ ਭਾਵ ਹੈ ਵੰਝ ਜਾਵੇ, ਭਾਵ ਚਲਿਆ ਜਾਵੇ, ਕਾਣ ਹੀ ਚਲਿਆ ਜਾਵੇ। ਆਪਾਂ ਇੱਕ ਇੱਕ ਰੋਗ ਨੂੰ, ਇੱਕ ਇੱਕ ਦੁੱਖ ਨੂੰ ਕੀ ਦੂਰ ਕਰਾਂਗੇ। ਕਈ ਵਾਰ ਵੀ ਡਾਕਟਰ ਹਕੀਮ ਵੈਦ ਕਹਿ ਦਿੰਦੇ ਕਿ ਪਹਿਲਾਂ ਤੇਰੀ ਇਸ ਬਿਮਾਰੀ ਦਾ ਇਲਾਜ ਹੋਣਾ, ਫਿਰ ਤੇਰੀ ਇਸ ਦੂਸਰੀ ਦਾ ਕਰਾਂਗੇ, ਫਿਰ ਤੀਸਰੀ ਦਾ ਕਰਾਂਗੇ। ਭਾਵ ਰੋਗ ਜ਼ਿਆਦਾ ਹੋਣ ਅਤੇ ਹਕੀਮ ਵੈਦ ਡਾਕਟਰ ਦੇ ਮਨ ਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਪਹਿਲਾਂ ਜਿਹਦਾ ਜ਼ਿਆਦਾ ਪ੍ਰਭਾਵ ਹੈ ਨਾ ਜਿਹੜੇ ਦੁੱਖ ਦਾ, ਉਹਦਾ ਇਲਾਜ ਕੀਤਾ ਜਾਵੇ, ਉਹਦੇ ਤੋਂ ਬਾਅਦ ਦੂਸਰੀ ਗੱਲ ਕੀਤੀ ਜਾਵੇ। ਸਤਿਗੁਰੂ ਕਹਿੰਦੇ ਆ ਕਿ ਹੇ ਹਕੀਮ, ਤੂੰ ਜੇ ਭਲਾ ਵੈਦ ਹੈ ਤਾਂ ਕੋਈ ਇਹੋ ਜਿਹੀ ਦਵਾਈ ਦੇ ਜਿਹਦੇ ਨਾਲ ਦੁੱਖ ਜੜੋਂ ਹੀ ਖਤਮ ਹੋ ਜਾਣ, ਮੂਲੋਂ ਹੀ ਖਤਮ ਹੋ ਜਾਣ, ਉਹਨਾਂ ਦਾ ਕਾਣ ਹੀ ਖਤਮ ਹੋ ਜਾਣ। ਆ ਕੀ ਇੱਕ ਇੱਕ ਰੋਗ ਦਾ ਇਲਾਜ ਕਰਾਂਗੇ, ਕਿੰਨਾ ਕੁ ਚਿਰ ਕਰਾਂਗੇ। ਫਿਰ ਵੈਦ ਹਕੀਮ ਜੇ ਸਤਿਗੁਰ ਵਰਗਾ ਹੋਵੇ ਫਿਰ ਹੀ ਇਲਾਜ ਦੱਸੇ ਨਾ, ਜਿਵੇਂ ਸਤਿਗੁਰ ਕਹਿੰਦੇ ਸਰਵ ਰੋਗ ਕਾ ਔਖਦ ਨਾਮ। ਜੇ ਰੋਗਾਂ ਦਾ ਕਾਣ ਦੂਰ ਕਰਨਾ ਹੈ ਨਾ, ਤਾਂ ਸਤਿਗੁਰੂ ਕਹਿੰਦੇ ਆ ਕਿ ਸਾਰੇ ਰੋਗਾਂ ਦੀ ਦਵਾਈ ਪਤਾ ਕਿਹੜੀ ਹੈ, ਪਰਮਾਤਮਾ ਦਾ ਨਾਮ, ਪਰਮਾਤਮਾ ਦਾ ਸਿਮਰਨ। ਉੱਥੇ ਦਵਾਈਆਂ ਵੀ ਰਾਸ ਆ ਜਾਂਦੀਆਂ ਜਿੱਥੇ ਮਾਲਕ ਆਪ ਵਿੱਚ ਆ ਕੇ ਖਲੋ ਜਾਵੇ। ਜੇ ਮਾਲਕ ਆਪ ਨਾ ਵਿੱਚ ਆ ਕੇ ਖਲੋਵੇ ਤਾਂ ਦਵਾਈਆਂ ਵੀ ਅਸਰ ਨਹੀਂ ਕਰਦੀਆਂ, ਭਾਵੇਂ ਜਿੰਨੀਆਂ ਮਰਜ਼ੀ ਖਾਈ ਜਾਵੇ। ਇਸ ਵਾਸਤੇ ਉਸ ਮਾਲਕ ਦੇ ਅੱਗੇ ਜਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਆਜਿਜ਼ ਹੋ ਕੇ, ਨਿਮਾਣੇ ਹੋ ਕੇ ਬੇਨਤੀ ਕਰੀਏ, ਮਾਲਕ ਕਿਰਪਾ ਕਰੋ ਵਿੱਚ ਆਪ ਖਲੋ ਆ ਕੇ, ਤਾਂ ਜੋ ਸਾਨੂੰ ਖਾਧੀ ਹੋਈ ਦਵਾਈ ਰਾਸ ਆ ਜਾਵੇ, ਤੁਹਾਡੇ ਨਾਮ ਦੀ ਦਵਾਈ ਵੀ ਅਸੀਂ ਛਕ ਸਕੀਏ ਅਤੇ ਸਾਡੇ ਅੰਦਰੋਂ ਰੋਗਾਂ ਦਾ ਕਾਣ ਹੀ ਖਤਮ ਹੋ ਜਾਵੇ। ਜਿਹੜਾ ਕਾਣ ਪਿਆ ਹੋਇਆ, ਕਾਣ ਮੱਚਿਆ ਹੋਇਆ ਰੋਗਾਂ ਦਾ ਅੰਦਰ, ਇਹ ਮੇਰੇ ਮਾਲਕ ਤੁਸੀਂ ਦੂਰ ਕਰ ਸਕਦੇ ਹੋ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਆ ਐਸਾ ਦਾਰੂ ਲੋੜ ਲਹੋ, ਕਿਉਂਕਿ ਤੁਹਾਨੂੰ ਵੀ ਤਾਂ ਲੱਗਾ ਨਾ ਰੋਗ ਇਹ ਹਕੀਮ ਜੀ, ਅਤੇ ਲੱਭੋ ਐਸਾ ਕੋਈ ਦਾਰੂ ਜਿਹਦੇ ਨਾਲ ਤੁਹਾਡਾ ਵੀ ਸਾਡਾ ਵੀ ਸਾਰਿਆਂ ਦਾ ਇਲਾਜ ਹੋ ਜਾਵੇ। ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾਂ ਕਾਣ।
ਜਿਤ ਦਾਰੂ ਰੋਗ ਉੱਠਿਆ ਹੈ, ਧਨ ਸੁੱਖ ਵਸੈ ਆਏ। ਕੋਈ ਐਸੀ ਦਵਾਈ ਦਿਓ ਜਿਹਦੇ ਨਾਲ ਸਾਰੇ ਹੀ ਰੋਗ ਉੱਠ ਜਾਣ, ਭਾਵ ਸਾਰੇ ਹੀ ਦੁੱਖ ਦੂਰ ਹੋ ਜਾਣ। ਕੋਈ ਬਹੁਤ ਜ਼ਿਆਦਾ ਕਿਸੇ ਤੋਂ ਪ੍ਰਸੰਨ ਹੋ ਜਾਵੇ, ਕੋਈ ਕੰਮ ਕੱਢ ਦੇਵੇ ਨਾ, ਅਤੇ ਆਪਾਂ ਕਹਿੰਦੇ ਤੂੰ ਤਾਂ ਸਾਡੇ ਸਾਰੇ ਦੁੱਖ ਹੀ ਦੂਰ ਕਰ ਦਿੱਤੇ, ਸਾਡੇ ਦੁੱਖ ਹੀ ਤੋੜ ਦਿੱਤੇ ਤੂੰ। ਐਸਾ ਦਾਰੂ, ਐਸੀ ਦਵਾਈ। ਸਤਿਗੁਰੂ ਕਹਿੰਦਾ ਕਿ ਜਿਤ ਦਾਰੂ ਰੋਗ ਉੱਠਿਆ, ਜਿਹੜੇ ਦਾਰੂ ਦੇ ਨਾਲ, ਜਿਹੜੀ ਦਵਾਈ ਦੇ ਨਾਲ ਰੋਗ ਹੀ ਉੱਠ ਜਾਣ, ਕੋਈ ਰੋਗ ਵਾਪਸੀ ਨਾ ਆਵੇ, ਤਨ ਸੁੱਖ ਵਸੈ ਆਏ, ਅਤੇ ਇਸ ਤਨ ਦੇ ਵਿੱਚ ਸੁੱਖ ਆਣ ਕੇ ਵਸ ਜਾਵੇ, ਹੇ ਵੈਦ ਹੇ ਹਕੀਮ, ਕੋਈ ਐਸਾ ਦਾਰੂ, ਐਸੀ ਦਵਾਈ ਲੱਭ, ਹੈ ਕੋਈ ਐਸਾ ਤੋੜ ਜਿਹਦੇ ਨਾਲ ਸਾਰੇ ਰੋਗ। ਵੇਖੋ ਤੰਦਰੁਸਤੀ ਉਹਨੂੰ ਕਹਿੰਦੇ ਆ ਜਿਹੜਾ ਪੂਰਾ ਸਰੀਰ ਹੀ ਤੰਦਰੁਸਤ ਹੋਵੇ। ਜੇ ਕਿਸੇ ਨੂੰ ਰੋਗ ਨੇ ਨਾ ਪੰਜ ਸੱਤ, ਉਹਦੇ ਵਿੱਚੋਂ ਇੱਕ ਠੀਕ ਵੀ ਹੋ ਜਾਵੇ ਤਾਂ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਤੰਦਰੁਸਤ ਹੋ ਗਿਆ। ਜਿਹਦੇ ਕੋਲ ਤੰਦਰੁਸਤੀ ਹੈ, ਜਿਹਨੂੰ ਇੰਝ ਮਹਿਸੂਸ ਹੁੰਦਾ ਕਿ ਮੈਨੂੰ ਕੋਈ ਦੁੱਖ ਨਹੀਂ, ਸਰੀਰ ਨਰਵਾਇਆ, ਉਹਦੇ ਵਰਗੀ ਨਿਆਮਤ ਕਿਸੇ ਕੋਲ ਨਹੀਂ ਹੈ। ਅਤੇ ਨਹੀਂ ਤਾਂ ਇਹ ਕਹਿ ਸਕਦਾ ਆ ਬੰਦਾ, ਇਨਸਾਨ ਹਰ ਕੋਈ, ਕਿ ਹਾਂ ਠੀਕ ਹੈ, ਆਹ ਆਹ ਬਿਮਾਰੀਆਂ ਸੀ ਇਹਦੇ ਵਿੱਚੋਂ ਆਹ ਠੀਕ ਹੋ ਗਈ ਹੈ, ਬਾਕੀ ਵੀ ਠੀਕ ਹੋ ਜਾਣਗੀਆਂ, ਪਰ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਤੰਦਰੁਸਤ ਹੋ ਗਿਆ, ਭਾਵ ਮੇਰਾ ਹੁਣ ਸਰੀਰ ਨਿਰਵਾਹ ਹੋ ਗਿਆ, ਨਿਰੋਗ ਹੋ ਗਿਆ, ਮੈਨੂੰ ਕੋਈ ਨੁਕਸ ਨਹੀਂ, ਬਾਕੀ ਹੈ ਅਜੇ। ਉਹ ਜਿੰਨਾ ਚਿਰ ਠੀਕ ਨਹੀਂ ਹੁੰਦੀ, ਉਨਾ ਚਿਰ ਬੰਦਾ ਆਪਣੇ ਆਪ ਨੂੰ ਤੰਦਰੁਸਤ ਨਹੀਂ ਕਹਿ ਸਕਦਾ। ਸੋ ਇਸ ਵਾਸਤੇ ਸਾਨੂੰ ਕਹਿੰਦਾ ਕਿ ਜਿਤ ਦਾਰੂ ਰੋਗ ਉੱਠਿਆ, ਜਿਹੜੇ ਦਾਰੂ ਦੇ ਨਾਲ ਰੋਗ ਉੱਠ ਕੇ ਚਲੇ ਹੀ ਜਾਣ, ਜਿਤ ਦਾਰੂ ਰੋਗ ਉੱਠਿਆ ਹੈ, ਧਨ ਸੁੱਖ ਵਸੈ ਆਏ। ਇਹੋ ਜਿਹੀ ਦਵਾ ਲੱਭ ਜਿਹਦੇ ਨਾਲ ਸੁੱਖ ਤਨ ਵਿੱਚ ਆ ਕੇ ਵਸ ਜਾਵੇ। ਰੋਗ ਗਵਾਏ ਹੈ ਆਪਣਾ ਤਾਂ ਨਾਨਕ ਵੈਦ ਸਦਾਏ। ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਹੇ ਨਾਨਕ ਜੀ ਆਖ ਕਿ ਹੇ ਹਕੀਮ ਜੀ, ਜਿਹੜਾ ਹਕੀਮ ਆਪਣਾ ਵੀ ਰੋਗ ਗਵਾ ਲਵੇ, ਉਹਨੂੰ ਆਪ ਨੂੰ ਵੀ ਉਹ ਰੋਗ ਨਾ ਹੋਵੇ, ਉਹੀ ਆਪਣੇ ਆਪ ਨੂੰ ਵੈਦ ਸਦਾ ਸਕਦਾ ਆ। ਜੇ ਖੁਦ ਉਹ ਉਸ ਰੋਗ ਦਾ ਸ਼ਿਕਾਰ ਹੈ ਤਾਂ ਉਹਨੂੰ ਕੋਈ ਅਧਿਕਾਰ ਨਹੀਂ ਕਿ ਉਹ ਵੈਦ ਸਦਾ ਸਕੇ। ਇਹਦਾ ਮਤਲਬ ਇਹ ਨਹੀਂ, ਇਹ ਵੀ ਨਹੀਂ ਹੈ ਕਿ ਡਾਕਟਰ ਹਕੀਮ ਜਾਂ ਵੈਦ ਬਿਮਾਰ ਨਹੀਂ ਹੁੰਦੇ, ਉਹਨਾਂ ਨੂੰ ਵੀ ਨੁਕਸ ਹੁੰਦੇ, ਉਹ ਵੀ ਬਿਮਾਰ ਹੁੰਦੇ ਆ, ਪਰ ਇੱਥੇ ਗੱਲ ਕੀਤੀ ਜਾ ਰਹੀ ਹੈ ਮਨ ਦੇ ਰੋਗਾਂ ਦੀ। ਜਿਹੜਾ ਰੋਗ ਜੇ ਇਲਾਜ ਕਰਨ ਵਾਲੇ ਨੂੰ ਨਹੀਂ ਲੱਗਾ ਹੋਇਆ ਆ ਤਾਂ ਉਹ ਕੋਈ ਇਲਾਜ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਦਾਵਾ ਕਰੀ ਜਾਵੇ। ਪਹਿਲਾਂ ਵੀ ਅਕਸਰ ਆਪਾਂ ਇੱਕ ਗਾਥਾ ਕਈ ਵਾਰਾਂ ਸਰਵਣ ਕੀਤੀ ਹੈ ਕਿ ਕਿਸੇ ਮਾਤਾ ਨੂੰ ਆਪਣੇ ਬੱਚੇ ਦੇ ਗੁੜ ਖਾਣ 'ਤੇ ਇਤਰਾਜ਼ ਸੀ ਕਿ ਗੁੜ ਬੜਾ ਖਾਂਦਾ। ਉਹ ਕਿਸੇ ਮੁਰਸ਼ਿਦ ਕੋਲ ਲੈ ਗਈ ਆਪਣੇ ਬੱਚੇ ਨੂੰ, ਤਾਂ ਕਹਿੰਦੀ ਕਿ ਬਾਬਾ ਜੀ ਇਹਨੂੰ ਕਹੋ ਕਿ ਗੁੜ ਨਾ ਜ਼ਿਆਦਾ ਖਾਇਆ ਕਰੇ। ਤਾਂ ਉਹਨੇ ਕਿਹਾ ਕਿ ਕੱਲ੍ਹ ਨੂੰ ਆਇਓ। ਅਗਲੇ ਦਿਨ ਫਿਰ ਲੈ ਕੇ ਗਈ, ਕਹਿੰਦਾ ਕਿ ਪੁੱਤਰ ਗੁੜ ਨਾ ਖਾਇਆ ਕਰ। ਮਾਤਾ ਵੇਖੇ ਕਿ ਸ਼ਾਇਦ ਹੋਰ ਵੀ ਕੁਝ ਕਹੂ, ਪਰ ਉਹ ਅੱਗੇ ਬੋਲਿਆ ਹੀ ਨਾ। ਮਾਤਾ ਕਹਿੰਦੀ ਬਾਬਾ ਜੀ ਇੰਨੀ ਗੱਲ ਹੀ ਕਹਿਣੀ ਸੀ ਅਤੇ ਕੱਲ੍ਹ ਹੀ ਕਹਿ ਦਿਨੋਂ ਐਵੇਂ ਫੇਰਾ ਪਵਾਇਆ। ਦੂਜੇ ਦਿਨ ਉਹ ਕਹਿੰਦਾ ਕਿ ਕੱਲ੍ਹ ਮੈਂ ਖੁਦ ਗੁੜ ਖਾਧਾ ਸੀ, ਇਸ ਕਰਕੇ ਮੈਂ ਇਹਨੂੰ ਕਹਿ ਹੀ ਨਹੀਂ ਸਕਦਾ ਸੀ ਕਿ ਤੂੰ ਗੁੜ ਨਾ ਖਾਇਆ। ਜਿਹੜਾ ਬੰਦਾ ਕੋਈ ਨਸ਼ਾ ਕਰਦਾ, ਸ਼ਰਾਬ ਪੀਂਦਾ,
ਉਹ ਦੂਸਰੇ ਸ਼ਰਾਬ ਪੀਣ ਵਾਲੇ ਨੂੰ, ਨਸ਼ਾ ਕਰਨ ਵਾਲੇ ਨੂੰ ਕਦੇ ਇਹ ਨਹੀਂ ਕਹਿ ਸਕਦਾ ਕਿ ਤੂੰ ਨਸ਼ਾ ਨਾ ਕਰਿਆ ਕਰ, ਤੂੰ ਸ਼ਰਾਬ ਨਾ ਪੀਆ ਕਰ। ਹਾਂ, ਢੰਗ ਤਰੀਕੇ ਦੱਸ ਸਕਦਾ, ਇਹ ਕਹਿ ਸਕਦਾ ਹੈ ਕਿ ਤੂੰ ਸ਼ਾਮ ਨੂੰ ਪੀ ਲਿਆ ਕਰ, ਤੂੰ ਥੋੜ੍ਹੀ ਪੀ ਲਿਆ ਕਰ, ਤੂੰ ਚੰਗੀ ਪੀ ਲਿਆ ਕਰ, ਤੂੰ ਘੱਟ ਦੀ ਘਰ ਦੀ ਕੱਢੀ ਪੀ ਲਿਆ ਕਰ, ਪਰ ਇਹ ਨਹੀਂ ਕਹੇਗਾ ਕਿ ਤੂੰ ਪੀਆ ਹੀ ਨਾ ਕਰ। ਕਿਉਂ? ਕਿਉਂਕਿ ਖੁਦ ਪੀਂਦਾ, ਉਹ ਖੁਦ ਨਸ਼ਾ ਕਰਦਾ। ਜਿਹੜਾ ਵੈਦ ਹਕੀਮ ਖੁਦ ਬਿਮਾਰ ਹੈ, ਉਹ ਦੂਸਰੇ ਦਾ ਇਲਾਜ ਨਹੀਂ ਕਰ ਸਕਦਾ। ਇਸੇ ਤਰ੍ਹਾਂ ਕਹਿੰਦੇ ਰੋਗ ਗਵਾਏ ਹੈ ਆਪਣਾ। ਇਹ ਹਕੀਮ ਜੀ, ਸਤਿਗੁਰੂ ਅੰਗਦ ਦੇਵ ਮਹਾਰਾਜ ਕਹਿ ਰਿਹਾ, ਇਹ ਹਕੀਮ ਜੀ ਜਿਹੜਾ ਆਪਣਾ ਰੋਗ ਗਵਾਵੇ, ਰੋਗ ਗਵਾਏ ਹੈ ਆਪਣਾ, ਤਾਂ ਨਾਨਕ ਵੈਦ ਸਦਾਏ। ਤਾਂ ਕਹਿੰਦੇ ਹੈ ਨਾਨਕ ਜੀ, ਉਹ ਵੈਦ ਸਦਾ ਸਕਦਾ ਆ, ਵਰਨਾ ਵੈਦ ਸਦਾਉਣ ਦਾ ਵੀ ਹੱਕ ਨਹੀਂ ਹੈ, ਵੈਦ ਬਣਨਾ ਤਾਂ ਕੀ। ਸੋ ਸਤਿਗੁਰੂ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਨੇ, ਪੌੜੀ ਹੁਣ ਵੱਡੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਰਹੇ ਆ, ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਵਾਰ ਵਿੱਚ ਲੀਆਂ ਪੌੜੀਆਂ ਦੇ ਦੁਆਰਾ, ਹਰ ਪੌੜੀ ਵਿੱਚ ਰੱਬ ਜੀ ਦੀ ਉਸਤਤ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਹ ਮਾਲਕ ਤੂੰ ਬਹੁਤ ਵੱਡਾ ਹੈ, ਕਿੰਨਾ ਕੁ ਵੱਡਾ। ਬ੍ਰਹਮਾ ਵਿਸ਼ਨੂੰ ਮਹੇਸ਼ ਦੇਵ ਉਪਾਇਆ, ਆ ਤਿੰਨ ਦੇਵਤੇ ਕਹਿ ਜਾਂਦੇ ਆ, ਬ੍ਰਹਮਾ ਵਿਸ਼ਨੂੰ ਮਹੇਸ਼ ਪਾਕ ਸ਼ਿਵ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਮਾਲਕ ਤੁਸੀਂ ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲੇ ਹੋ। ਅਤੇ ਕੱਲ੍ਹ ਦੀ ਵਿਚਾਰ ਵਿੱਚ ਵੀ ਆਪਾਂ ਸਰਵਣ ਕੀਤਾ, ਗੁਰਬਾਣੀ ਵਿੱਚੋਂ ਇਹਦੇ ਵੇਰਵੇ ਵੀ ਮਿਲ ਜਾਂਦੇ ਆ। ਇਕੱਲੇ ਤਿੰਨ ਹੀ ਨਹੀਂ, ਇਹਨਾਂ ਤਿੰਨਾਂ ਨਾਵਾਂ ਵਾਲੇ ਕਰੋੜਾਂ ਬ੍ਰਹਮੇ ਵਿਸ਼ਨੂੰ ਸ਼ਿਵਜੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਜ ਅਤੇ ਨਾਸ ਕਰ ਰਿਹਾ, ਬਣਾ ਰਿਹਾ ਅਤੇ ਢਾ ਰਿਹਾ, ਜਨਮ ਦੇ ਰਿਹਾ ਅਤੇ ਮਾਰ ਰਿਹਾ। ਉਹਦੀ ਸਮਰੱਥਾ ਇੰਨੀ ਵੱਡੀ ਹੈ। ਬ੍ਰਹਮਾ ਵਿਸ਼ਨੂੰ ਮਹੇਸ਼ ਦੇਵ ਉਪਾਇਆ, ਪ੍ਰਭੂ ਨੇ, ਪਰਮਾਤਮਾ ਨੇ ਵਿਸ਼ਨੂੰ ਸ਼ਿਵਜੀ ਅਤੇ ਹੋਰ ਦੇਵਤੇ ਜਿਹੜੇ ਉਹਨਾਂ ਨੂੰ ਪੈਦਾ ਕੀਤਾ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਬ੍ਰਹਮੇ ਨੇ ਇਸ ਸੰਸਾਰ ਨੂੰ ਵੇਦ ਦਿੱਤੇ ਅਤੇ ਉਹਨਾਂ ਦੀ ਪੂਜਾ 'ਤੇ ਲਾਇਆ। ਬ੍ਰਹਮੇ ਦਾ ਇਹ ਕੰਮ ਹੈ ਕਿ ਚਾਰੇ ਵੇਦ ਬ੍ਰਹਮੇ ਨੇ ਰਚੇ, ਜਿਸ ਕਰਕੇ ਉਹਨੂੰ ਚਤੁਰਵੇਦੀ ਜਾਂ ਚਤੁਰਮੁਖੀ ਵੀ ਕਿਹਾ ਜਾਂਦਾ, ਕਿ ਉਹਦੇ ਚਾਰ ਮੁੱਖ ਸਨ। ਸੋ ਇਸ ਵਾਸਤੇ, ਕਿਉਂਕਿ ਉਹ ਚਾਰ ਵੇਦਾਂ ਦੇ ਰਚੇਤਾ ਨੇ ਅਤੇ ਇਹਦੀ ਪੂਜਾ ਦੇ ਵਿੱਚ ਜਗਤ ਨੂੰ ਬ੍ਰਹਮੇ ਨੇ ਲਾਇਆ। ਕਿਉਂਕਿ ਹਰ ਅਵਤਾਰ ਦਾ ਆਪਣਾ ਆਪਣਾ ਕੰਮ ਸੀ, ਉਹ ਕੰਮ ਬਾਖੂਬੀ ਉਹਨਾਂ ਨੇ ਨਿਭਾਇਆ, ਨਿਭਾ ਕੇ ਇਸ ਸੰਸਾਰ ਤੋਂ ਚਲੇ ਗਏ। ਪਰ ਉਹਨਾਂ ਨੂੰ ਪੈਦਾ ਕਿਹਨੇ ਕੀਤਾ? ਰੱਬ ਨੇ, ਪਰਮਾਤਮਾ ਨੇ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ, ਦਸ ਅਵਤਾਰੀ ਰਾਮ ਰਾਜਾ ਆਇਆ। ਵਿਸ਼ਨੂੰ ਦੇ ਦਸ ਅਵਤਾਰ ਮੰਨੇ ਗਏ ਨੇ। ਉਹਨਾਂ ਦਸਾਂ ਅਵਤਾਰਾਂ ਦੇ ਵਿੱਚ ਕਹਿੰਦੇ ਨੇ ਕ੍ਰਿਸ਼ਨ ਜੀ ਵਰਗੇ, ਰਾਜਾ ਰਾਮ ਜੀ ਵਰਗੇ ਬਹੁਤ ਅਵਤਾਰ ਆਏ, ਜਿਨ੍ਹਾਂ ਦਾ ਨਾਮ ਜਿਵੇਂ ਵਰਾਹ, ਨਰਸਿੰਘ, ਬਾਵਨ, ਜਿਹਨੂੰ ਬਾਵਨ ਵੀ ਕਿਹਾ ਜਾਂਦਾ ਹੈ, ਪਰਸ਼ਰਾਮ, ਮਸ਼, ਕਸ਼, ਰਾਮ, ਕ੍ਰਿਸ਼ਨ, ਬੋਧ ਅਤੇ ਕਲਕੀ। ਇਹ ਦਸ ਅਵਤਾਰ ਵਿਸ਼ਨੂੰ ਦੇ ਗਿਣੇ ਗਏ ਆ। ਕਹਿੰਦੇ ਨੇ ਕਿ ਦਸ ਅਵਤਾਰੀ ਰਾਮ ਰਾਜਾ ਆਇਆ। ਕਹਿੰਦੇ ਨੇ ਕਿ ਰਾਮ ਅਧਿਆਦਕ, ਕ੍ਰਿਸ਼ਨ ਅਧਿਆਦਕ ਨਾਮਾਂ ਵਾਲੇ ਦਸ ਅਵਤਾਰਾਂ ਦੇ ਰੂਪ ਦੇ ਵਿੱਚ ਉਹ ਵਿਸ਼ਨੂੰ ਵਾਰ ਵਾਰ ਆਇਆ। ਉਹ ਵੀ ਉਹਦਾ ਹੀ ਪੈਦਾ ਕੀਤਾ ਹੋਇਆ, ਰੱਬ ਦਾ, ਪਰਮਾਤਮਾ ਦਾ, ਜਿਹੜੇ ਰੱਬ ਦੇ ਨਾਲ ਸਾਨੂੰ ਬਾਣੀ ਜੋੜਦੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋੜਦੇ ਆ, ਇਹ ਦੇਵੀ ਦੇਵਤੇ ਸਾਰੇ ਉਹਦੇ ਪੈਦਾ ਕੀਤੇ ਹੋਏ ਸੰਸਾਰ ਵਿੱਚ ਆਏ।
ਦੈਂਤਾਂ ਮਾਰੇ ਧਾਏ ਹੁਕਮ ਸਵਾਇਆ। ਇਹਨਾਂ ਦੇਵਤਿਆਂ ਨੇ ਆਪਣੇ ਆਪਣੇ ਸਮੇਂ ਦੇ ਵਿੱਚ ਦੈਂਤਾਂ ਨੂੰ ਦੌੜ ਦੌੜ ਕੇ ਭਜਾ ਭਜਾ ਕੇ ਮਾਰਿਆ। ਬਹੁਤ ਸਾਰੀਆਂ ਐਸੀਆਂ ਸਾਖੀਆਂ ਹੁੰਦੀਆਂ, ਜਿਵੇਂ ਰਾਵਣ ਦਾ ਸੰਹਾਰ ਕਰਨਾ ਦੈਂਤ ਹੀ ਕਿਹਾ ਗਿਆ ਗਾ ਉਹਨੂੰ, ਰਣਾਕਸ਼ ਦਾ ਸੰਹਾਰ ਕਰਨਾ ਨਰਸਿੰਘ ਦੇ ਰੂਪ ਦੇ ਵਿੱਚ, ਨਰਸਿੰਘ ਵੀ ਤਾਂ ਅਵਤਾਰ ਹੀ ਇਸ ਪਾਵਨ ਪਵਿੱਤਰ ਪਹਿਲੀ ਪੰਕਤ ਦਸਾਂ ਅਵਤਾਰਾਂ ਵਿੱਚ ਗਿਣਿਆ ਗਿਆ ਨਾ। ਕਹਿੰਦੇ ਨੇ ਕਿ ਇਹ ਵੀ ਉਸ ਰੱਬ ਦਾ ਹੁਕਮ ਸੀ ਕਿ ਤੁਸੀਂ ਦੈਂਤਾਂ ਨੂੰ ਦੜਾ ਦੜਾ ਕੇ ਭੱਜ ਭੱਜ ਕੇ ਮਾਰਨਾ। ਉਹਨਾਂ ਨੇ ਜਿਹੜਾ ਦੈਂਤਾਂ ਦਾ ਸੰਹਾਰ ਕੀਤਾ ਨਾ, 33 ਕਰੋੜ ਦੇਵੀ ਦੇਵਤੇ ਪੈਦਾ ਕੀਤੇ, ਅਤੇ ਉਹਨਾਂ ਦੀ ਡਿਊਟੀ ਲਾਈ, ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਦੌੜ ਦੌੜ ਕੇ ਮਾਰਨਾ ਹੈ, ਇਹ ਵੀ ਉਸ ਰੱਬ ਦਾ ਹੁਕਮ ਹੈ। ਕਹਿੰਦੇ ਨੇ ਇਹ ਵੀ ਮਾਲਕ ਤੁਹਾਡਾ ਹੁਕਮ, ਦੈਂਤਾਂ ਮਾਰੇ ਧਾਏ, ਧਾਏ ਤੋਂ ਭਾਵ ਹੁੰਦਾ ਦੌੜ ਕੇ ਜਾ ਕੇ ਪੁੱਜ ਕੇ ਮਾਰਨਾ। ਦੈਂਤਾਂ ਮਾਰੇ ਧਾਏ ਹੁਕਮ ਸਵਾਇਆ, ਇਹ ਸਾਰਿਆਂ ਨੂੰ ਜਿੰਨਿਆਂ ਨੇ ਵੀ ਮਾਰੇ ਉਹਨਾਂ ਸਾਰਿਆਂ ਨੂੰ ਮਾਲਕ ਦਾ ਹੀ ਹੁਕਮ ਹੋਇਆ ਕਿ ਤੁਸੀਂ ਦੈਂਤਾਂ ਦਾ ਸੰਹਾਰ ਕਰਨਾ। ਕਿਸੇ ਨੇ ਆਪਣੀ ਮਰਜ਼ੀ ਨਾਲ ਥੋੜ੍ਹੋ ਮਾਰੇ ਆ, ਇਹ ਰੱਬ ਦਾ ਹੀ ਹੁਕਮ ਸੀ, ਪਰਮਾਤਮਾ ਦਾ ਹੁਕਮ ਸੀ ਕਿ ਉਹਨੇ ਖੇਡ ਰੱਜ ਕੇ ਇਸ ਖੇਡ ਨੂੰ ਇਸ ਤਰੀਕੇ ਨਾਲ ਅੰਜਾਮ ਦੇਣਾ ਸੀ। ਸੋ ਅੱਗੇ ਬਖਸ਼ਿਸ਼ ਕਰਦੇ ਨੇ, ਈਸ ਮਹੇਸ਼ਵਰ ਸੇਵ ਤਿਨੀ ਅੰਤ ਨਾ ਪਾਇਆ। ਈਸ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਇੱਕ ਸਵਰੂਪ ਆ, ਜਿਵੇਂ ਸ਼ਿਵ ਆਦਿ। ਕਹਿੰਦੇ ਨੇ ਕਿ ਇੰਦਰ ਦੇ 11 ਅਵਤਾਰਾਂ ਦੀ ਸੇਵਾ ਸ਼ਿਵਜੀ ਨੇ ਸਾਰੇ ਤਪ ਕਰਕੇ ਜਪ ਕਰਕੇ ਹਰ ਜਾਮੇ ਦੇ ਵਿੱਚ ਜਦੋਂ ਵੀ ਉਹ ਅਵਤਾਰ ਲੈ ਕੇ ਆਉਂਦੇ ਉਹ ਕੀਤੀ, ਤਪੱਸਿਆ ਕੀਤੀ, 11 ਰੂਪ ਧਾਰਨ ਕਰਕੇ ਈਸ਼ ਨੇ ਤਪੱਸਿਆ ਕੀਤੀ, ਸ਼ਿਵਜੀ ਅਤੇ ਆਦਿਕ ਨੇ ਉਹਦੀ ਤਪੱਸਿਆ ਕੀਤੀ, ਪਰ ਇੰਨੀ ਤਪੱਸਿਆ ਕਰਕੇ ਵੀ ਉਹ ਪਰਮਾਤਮਾ ਤੇਰਾ ਅੰਤ ਨਹੀਂ ਪਾ ਸਕੀ। ਇੰਨੇ ਜਨਮ ਲੈ ਕੇ ਇੰਨੇ ਵਾਰੀ ਅਵਤਾਰ ਬਣ ਕੇ ਫਿਰ ਵੀ ਉਹ ਤੇਰਾ ਅੰਤ ਨਹੀਂ ਪਾ ਸਕੇ, ਕਿਉਂਕਿ ਤੂੰ ਬੇਅੰਤ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਈਸ ਮਹੇਸ਼ਵਰ ਸੇਵ ਤਿਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖ਼ਤ ਰਚਾਇਆ। ਅਸਲ ਦੇ ਵਿੱਚ ਨਾ ਤੂੰ ਜਿਹੜਾ ਤਖ਼ਤ ਰਚਾਇਆ ਨਾ, ਜਿਹੜਾ ਇਹ ਸੰਸਾਰ ਰਚਿਆ, ਇਹਦੇ ਵਿੱਚ ਆਪਣੇ ਨਾਮ ਦੀ, ਆਪਣੀ ਤਾਕਤ ਦੀ ਸੱਚੀ ਕੀਮਤ ਪਾ ਕੇ ਅਤੇ ਇਹਨੂੰ ਰਚਿਆ। ਜਿਹੜੇ ਤਾਂ ਉਸ ਪਰਮਾਤਮਾ ਦਾ ਸਿਮਰਨ ਕਰ ਲੈਂਦੇ, ਨਾਮ ਜਪ ਲੈਂਦੇ ਆ, ਉਹ ਸਮਝ ਲਓ ਕਿ ਇੱਥੇ ਰਹਿਣ ਦੀ ਕੀਮਤ ਅਦਾ ਕਰ ਲੈਂਦੇ ਆ, ਭਾਵ ਉਹਨਾਂ ਦੇ ਸਿਰ ਉੱਤੇ ਬਾਕੀ ਕੋਈ ਨਹੀਂ ਰਹਿ ਜਾਂਦੀ। ਸੱਚੀ ਕੀਮਤ ਤੋਂ ਭਾਵ ਕਿ ਬਹੁਤ ਕੀਮਤੀ ਵਸਤੂ ਪਰਮਾਤਮਾ ਨੇ ਇਸ ਜਗਤ ਵਿੱਚ ਪਾਈ ਹੈ। ਕਿਹੜੇ ਰੂਪ 'ਚ? ਅਗਲੀ ਪੰਕਤੀ ਦੱਸਦੇ ਆ, ਇਸ ਪੰਕਤੀ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਅਸਲ ਤੱਤ ਜਿਹੜਾ ਹੈ ਉਹ ਤਾਂ ਰੱਬ ਹੀ ਹੈ, ਪਰਮਾਤਮਾ ਹੀ ਹੈ। ਇਹ ਜਿਤਨੇ ਦੇਵੀ ਦੇਵਤੇ ਨੇ ਇਹ ਤਾਂ ਉਸੇ ਰੱਬ ਦੇ, ਪਰਮਾਤਮਾ ਦੇ ਸਾਜੇ ਅਤੇ ਭੇਜੇ ਹੋਏ ਅਤੇ ਕੰਮੇ ਲਾਏ ਹੋਏ ਇੱਥੇ ਕਰਕੇ ਕੁਛ ਨਾ ਕੁਛ ਇਸ ਸੰਸਾਰ ਤੋਂ ਚੱਲਦੇ ਬਣੇ, ਤੁਰ ਗਏ। ਰੱਬ ਤਾਂ ਪਹਿਲਾਂ ਵੀ ਸੀ, ਯੁਗਾਂ ਦੇ ਚੱਲਣ ਦੌਰਾਨ ਵੀ ਰਿਹਾ, ਅੱਜ ਵੀ ਹੈ। ਜਦੋਂ ਇਹ ਜਗਤ ਫਿਰ ਨਹੀਂ ਰਹੇਗਾ ਰੱਬ ਪਰਮਾਤਮਾ ਤਾਂ ਉਦੋਂ ਵੀ ਰਹੇਗਾ, ਉਹ ਤਾਂ ਸਦੀਵ ਕਾਲ ਵਾਸਤੇ, ਕਿਉਂਕਿ ਉਹਨੇ ਸੱਚਾ ਤਖ਼ਤ ਰਚਾ ਕੇ ਅਤੇ ਇਹਦੀ ਅਸਲ ਕੀਮਤ ਇਹਦੇ ਵਿੱਚ ਭਰ ਦਿੱਤੀ ਹੈ। ਸੱਚੀ ਕੀਮਤ ਪਾਏ ਤਖ਼ਤ ਰਚਾਇਆ, ਦੁਨੀਆ ਧੰਦੇ ਲਾਏ ਆਪ ਛਪਾਇਆ। ਉਹਨੇ ਦੁਨੀਆ ਨੂੰ ਤਾਂ ਸਿਰਜ ਕੇ ਧੰਦੇ ਲਾ ਦਿੱਤਾ, ਕੰਮੇ ਲਾ ਦਿੱਤਾ, ਕੋਈ ਦੈਂਤਾਂ ਵਾਂਗੂ ਦੂਤਾਂ ਦਾ, ਵਾਹਿਗੁਰੂ ਦੇਵਤਿਆਂ ਵਾਂਗੂ ਦੈਂਤਾਂ ਦਾ ਸੰਘਾਰ ਕਰਨ ਦੇ ਕੰਮ ਵਿੱਚ ਲੱਗਾ ਰਿਹਾ।
ਕੋਈ ਜਿਵੇਂ ਆਪਾਂ ਆਪਣੀ ਕਿਰਤ ਵਿਰਤ ਕਰਦੇ ਹਾਂ, ਧੰਦੇ ਨੂੰ ਲੱਗਦੇ ਹਾਂ, ਕੋਈ ਵੀ ਕੰਮ ਹੈ ਸਾਡਾ ਧੰਦਾ, ਇਹ ਸਾਰੇ ਧੰਦੇ ਦੇ ਕੰਮਾਂ 'ਤੇ ਲਾਉਣ ਵਾਲਾ ਸਾਨੂੰ ਰੱਬ ਹੀ ਹੈ, ਪਰਮਾਤਮਾ ਹੀ ਹੈ। ਉਹਨੇ ਜੀਵਾਂ ਨੂੰ ਤਾਂ ਧੰਦੇ 'ਚ ਲਾ ਦਿੱਤਾ, ਜਿਵੇਂ ਕਿਸੇ ਨੂੰ ਨਾ ਕਿਸੇ ਕੰਮੇ ਧਿਆਨ ਹੋਰ ਪਾਸੇ ਲਾ ਕੇ ਅਤੇ ਆਪ ਕੋਈ ਛੁੱਪ ਜਾਵੇ, ਜਿਵੇਂ ਬੱਚੇ ਪਹਿਲੇ ਸਮਿਆਂ ਦੇ ਵਿੱਚ ਲੁਕਣ ਮੀਟੀ ਖੇਡਿਆ ਕਰਦੇ ਸਨ, ਤਾਂ ਜਿਹਨੂੰ ਲੱਭਣ ਲਾਉਣਾ ਨਾ ਅਤੇ ਉਹਦੀਆਂ ਅੱਖਾਂ ਬੰਦ ਕਰਾ ਲਈ, ਉਹਨੂੰ ਆਖਣਾ ਤੂੰ ਵੇਖਣਾ ਨਹੀਂ, ਆਪ ਗਿਣਤੀ ਕਰਨੀ 10 ਤੱਕ ਅਤੇ ਛੁੱਪ ਜਾਣਾ। ਫਿਰ ਇੱਕ ਨੇ ਆਵਾਜ਼ ਦੇਣੀ ਕਿ ਉਹਨੂੰ ਲੱਭ ਲਾ, ਅਤੇ ਉਹਨੇ ਲੱਭਣ ਦੇ ਕੰਮ 'ਚ ਲੱਗ ਜਾਣਾ। ਰੱਬ ਨੇ, ਪਰਮਾਤਮਾ ਨੇ ਕੀ ਕੀਤਾ ਆ ਕਿ ਸਾਨੂੰ ਸਿਰਜ ਕੇ ਬਣਾ ਕੇ ਇੱਕ ਐਸੀ ਲੁਕਣ ਮਿੱਟੀ ਵਰਗੀ ਖੇਡ ਸਾਡੇ ਵਾਸਤੇ ਰਚ ਦਿੱਤੀ ਕਿ ਮੈਂ ਹੁਣ ਛੁਪਿਆ ਹੋਇਆ ਹਾਂ, ਕਿੱਥੇ ਛੁਪਿਆ ਹਾਂ ਤੁਸੀਂ ਲੱਭ ਕੇ ਦਿਖਾਓ। ਅਸੀਂ ਇਹ ਕੰਮ ਕਰਨਾ ਇਸ ਜਗਤ 'ਤੇ ਜਾ ਕੇ ਕਿ ਉਸ ਰੱਬ ਨੂੰ ਜੋ ਛੁਪਿਆ ਹੋਇਆ, ਜਿਹਨੇ ਆਪਣੇ ਆਪ ਨੂੰ ਛੁਪਾਇਆ ਇਸ ਜਗਤ ਦੇ ਵਿੱਚ ਅਤੇ ਸਾਡਾ ਧਿਆਨ ਉਹਨੇ ਵੰਡਿਆ ਹੋਇਆ ਆ, ਉਹਨਾਂ ਕੰਮਾਂ ਵੱਲੋਂ ਧਿਆਨ ਪਰਤਾ ਕੇ ਭਾਵ ਉੱਧਰੋਂ ਜਿਹੜਾ ਸਾਡਾ ਧਿਆਨ ਬਿਲਕੁਲ ਉਲਝ ਗਏ ਅਸੀਂ, ਕੋਈ ਸੱਜੇ ਖੱਬੇ ਉੱਤੇ ਥੱਲੇ ਹਰ ਪਾਸੇ ਕੋਈ ਨਾ ਕੋਈ ਉਲਝਿਆ ਕਰਦਾ, ਕਿਸੇ ਨਾ ਕਿਸੇ ਦੌੜ ਵਿੱਚ ਲੱਗਾ ਹੋਇਆ। ਕਹਿੰਦੇ ਨੇ ਕਿ ਰੱਬ ਨੇ, ਪਰਮਾਤਮਾ ਨੇ ਸੰਸਾਰ ਨੂੰ ਬਣਾ ਕੇ ਸੋਚਿਆ ਕਿ ਮੈਨੂੰ ਲੁਕਾਂ ਕਿੱਥੇ, ਜਿਹੜਾ ਇਹ ਜਗਤ ਦੇ ਜੀਵ ਮੈਨੂੰ ਲੱਭਣ, ਕਿਉਂਕਿ ਸਾਰੇ ਸੁੱਖ ਤਾਂ ਰੱਬ ਜੀ ਦੇ ਕੋਲੋਂ ਹੀ ਆਉਂਦੇ ਆ, ਅਤੇ ਸੁੱਖਾਂ ਨੂੰ ਲੱਭਣ ਵਾਸਤੇ ਹਰ ਕੋਈ ਜਾਂਦਾ ਕਿ ਮੈਨੂੰ ਸੁੱਖ ਲੱਭ ਜਾਣ, ਸਕੂਨ ਲੱਭਣ ਵਾਸਤੇ, ਟਿਕਾ ਲੱਭਣ ਵਾਸਤੇ, ਟਿਕਾ ਦੇ ਮਾਲਕ ਨੂੰ, ਸਕੂਨ ਦੇ ਮਾਲਕ ਨੂੰ, ਸੁੱਖਾਂ ਦੇ ਦਾਤੇ ਨੂੰ ਲੱਭਣਾ ਜ਼ਰੂਰੀ ਹੈ ਨਾ। ਅਤੇ ਇਸ ਵਾਸਤੇ ਉਹਨੇ ਆਖਿਆ ਕਿ ਮਨੁੱਖ ਦੇ ਹਿਰਦੇ ਤੋਂ ਵੱਡੀ ਲੁਕਵੀਂ ਥਾਂ ਕਿਤੇ ਨਹੀਂ ਹੈਗੀ, ਕਿਉਂਕਿ ਸਾਰੇ ਪਾਸੇ ਬਾਹਰ ਲੱਭਦਾ ਫਿਰੇਗਾ, ਸਾਰਾ ਕੁਛ ਹੀ ਤਾਂ ਰੱਬ ਨੇ ਬਾਹਰ ਬਣਾਇਆ, ਬਾਹਰੋਂ ਮਿਲਿਆ ਸਾਨੂੰ, ਅਸੀਂ ਰੋਜ਼ੀ ਰੋਟੀ ਭਾਲਣੀ ਹੈ, ਸਾਨੂੰ ਬਾਹਰੋਂ ਪ੍ਰਾਪਤ ਹੁੰਦੀ ਹੈ, ਧੀਆਂ ਪੁੱਤਰ ਪ੍ਰਾਪਤ ਹੋਏ, ਇਸਤਰੀ ਨੂੰ ਮਰਦ, ਮਰਦ ਨੂੰ ਇਸਤਰੀ, ਉਹ ਵੀ ਬਾਹਰੋਂ ਪ੍ਰਾਪਤ ਹੋਏ, ਇਸੇ ਤਰ੍ਹਾਂ ਕੱਪੜਾ ਲੱਤਾ ਲੈਣਾ ਆ, ਕੁਛ ਵੀ ਹੈ ਸਾਡੀ ਜ਼ਰੂਰਤ ਦਾ ਉਹ ਸਾਨੂੰ ਬਾਹਰੋਂ ਮਿਲਿਆ। ਅਤੇ ਸਾਡੇ ਮਨ ਦੇ 'ਚ ਇਹ ਵਿਚਾਰ ਬਣ ਗਈ ਕਿ ਜੇ ਸਾਰਾ ਕੁਝ ਬਾਹਰੋਂ ਮਿਲਿਆ ਤਾਂ ਸ਼ਾਇਦ ਰੱਬ ਵੀ ਸਾਨੂੰ ਬਾਹਰੋਂ ਹੀ ਮਿਲੇਗਾ, ਪਰ ਉਹ ਸਾਡੇ ਅੰਦਰ ਹੈ, ਜਿਹਦੀ ਦਾਸ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਉਂਦੇ ਆ, ਗੁਰੂ ਕੀ ਬਾਣੀ ਪਾਉਂਦੀ ਹੈ। ਅਤੇ ਕਾਰਨ ਵੱਡਾ ਕੀ ਬਣਿਆ, ਉਹਨੇ ਕੀ ਕੀਤਾ ਕਿ ਦੁਨੀਆ ਧੰਦੇ ਲਾਏ, ਸਾਡਾ ਧਿਆਨ ਹੀ ਬਣ ਦਿੱਤਾ, ਸਾਨੂੰ ਪਤਾ ਹੀ ਨਾ ਲੱਗਾ ਰੱਬ ਕਿਹੜੇ ਵੇਲੇ ਕਿੱਥੇ ਪ੍ਰਵੇਸ਼ ਕਰ ਗਿਆ, ਜਿਹਨੂੰ ਅਸੀਂ ਲੱਭਣਾ ਹੈ, ਢੂੰਡਣਾ ਹੈ, ਜਿਹਦੇ ਨਾਲ ਅਸੀਂ ਅਭੇਦ ਹੋਣਾ, ਜਿਹਨੂੰ ਅਸੀਂ ਮਿਲਣਾ। ਅਤੇ ਜਿੰਨਾ ਚਿਰ ਸਾਨੂੰ ਉਹਦਾ ਅਸਲ ਟਿਕਾਣਾ ਦਿਸਦਾ ਨਹੀਂ, ਮਹਿਸੂਸ ਨਹੀਂ ਹੁੰਦਾ, ਉਨਾ ਚਿਰ ਭਟਕਣਾ ਬਣੀ ਰਹਿੰਦੀ ਹੈ, ਜਿਵੇਂ ਲੱਭਣ ਵਾਲਾ ਜਵਾਕ ਬੱਚਾ ਕਦੀ ਕਿਸੇ ਦਰਵਾਜ਼ੇ ਪਿੱਛੇ, ਕਦੀ ਕਿਤੇ ਲੱਭਦਾ ਫਿਰਦਾ ਹੈ ਨਾ ਛੁਪੇ ਹੋਏ ਸਾਥੀਆਂ ਨੂੰ। ਇਸੇ ਤਰ੍ਹਾਂ ਅਸੀਂ ਕਦੀ ਕਿਤੇ ਲੱਭਦੇ ਫਿਰਦੇ, ਕਦੀ ਕਿਤੇ ਲੱਭਦੇ ਫਿਰਦੇ ਹਾਂ। ਜਿਸ ਦਿਨ ਅੰਤਰ ਆਤਮੇ ਧਿਆਨ ਟਿਕ ਗਿਆ ਤਾਂ ਮਾਲਕ ਨੇ ਅੰਦਰੋਂ ਹੀ ਕਿਰਪਾ ਕਰ ਦੇਣੀ ਹੈ, ਸਾਨੂੰ ਆਪਣੇ ਦੀਦਾਰ ਦਰਸ਼ਨ ਬਖਸ਼ਿਸ਼ ਕਰ ਦੇਣੇ ਆ, ਕਿਉਂਕਿ ਉਹਨੇ ਸਾਨੂੰ ਉਲਝਾ ਕੇ ਧੰਦੇ ਲਾ ਕੇ ਆਪਣੇ ਆਪ ਨੂੰ ਛੁਪਾਇਆ ਹੋਇਆ ਹੈ ਕਿ ਲੱਭ ਲਓ ਮੈਨੂੰ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦੁਨੀਆ ਧੰਦੇ ਲਾਏ ਆਪ ਛੁਪਾਇਆ, ਧਰਮ ਕਰਾਏ ਕਰਮ ਧਰਹੋਂ ਫੁਰਮਾਇਆ। ਅਤੇ ਸਾਡੇ ਕੋਲੋਂ ਜਿਹੜੇ ਕੰਮ ਕਰਾਉਂਦਾ ਨਾ, ਧਰਮ ਦਾ ਰਾਜਾ ਕਰਾਉਂਦਾ, ਅਤੇ ਉਹ ਕੋਈ ਸਾਡੇ ਨਾਲ ਧੱਕਾ ਨਹੀਂ ਕਰਦਾ, ਉਹਨੂੰ ਵੀ ਧਰੋਂ ਜੋ ਹੁਕਮ ਹੈ ਨਾ ਉਹੀ ਉਹ ਕਰ ਰਿਹਾ। ਗੁਰਬਾਣੀ ਵਿੱਚ ਇਹਦਾ ਵੀ ਜ਼ਿਕਰ ਆਇਆ ਕਿ ਧਰਮ ਰਾਜ ਵੀ ਉਸ ਮਾਲਕ ਦੇ ਹੁਕਮ ਦਾ ਵਧਾ ਹੋਇਆ, ਉਹਦਾ ਲਾਇਆ ਹੋਇਆ ਲੱਗਾ। ਅਤੇ ਇੱਥੋਂ ਤੱਕ ਵੀ ਹੈਗਾ, ਸਤਿਗੁਰੂ ਨੇ ਧਰਮ ਰਾਜ ਨੂੰ ਇਹ ਹੁਕਮ ਕੀਤਾ ਹੋਇਆ ਕਿ ਦੂਜੇ ਭਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ, ਜਿਹੜੀ ਮੈਨੂੰ ਛੱਡ ਕੇ
ਦੂਸਰੇ ਦੇ ਪਿਆਰ ਵਿੱਚ ਲੱਗੀ ਹੋਈ ਦੁਸ਼ਟ ਆਤਮਾਵਾਂ ਨੇ ਨਾ, ਉਹ ਤੇਰੀ ਸਰਕਾਰ ਵਿੱਚ ਤੇਰੀ ਹੁਕਮ 'ਚ ਆਉਂਦੀਆਂ, ਉਹਨਾਂ ਉੱਤੇ ਤੂੰ ਜਿਹੋ ਜਿਹੀ ਮਰਜ਼ੀ ਸਜ਼ਾ ਲਾ ਦੇ, ਜਿਹੋ ਜਿਹਾ ਮਰਜ਼ੀ ਹੁਕਮ ਨਾਜ਼ਰ ਕਰ ਦੇ, ਪਰ ਜਿਹੜੇ ਮੇਰੇ ਪਿਆਰੇ ਨੇ ਉਹ ਤੇਰੀ ਸਰਕਾਰ ਵਿੱਚ ਨਹੀਂ ਆਉਂਦੇ। ਇਸ ਵਾਸਤੇ ਮੇਰੇ ਪਿਆਰਿਆਂ ਵੱਲ ਤੂੰ ਇੱਕ ਨਜ਼ਰ ਭਰ ਕੇ ਵੀ ਦੇਖ ਨਹੀਂ ਸਕਦਾ, ਉਹਨਾਂ ਨੂੰ ਤੂੰ ਸਜ਼ਾ ਤਾਂ ਕੀ ਦੇਣੀ ਹੈ, ਉਹਨਾਂ ਉੱਤੇ ਤੂੰ ਆਪਣਾ ਹੁਕਮ ਤਾਂ ਕੀ ਲਾਉਣਾ ਆ। ਤੇਰੀ ਇਹ ਵੀ ਮਜਾਲ ਨਹੀਂ, ਹੁਕਮ ਨਹੀਂ, ਹਿੰਮਤ ਨਹੀਂ ਕਿ ਤੂੰ ਮੇਰੇ ਪਿਆਰਿਆਂ ਵੱਲ ਇੱਕ ਨਿਗਾਹ ਭਰ ਕੇ ਵੀ ਵੇਖ ਸਕੇ। ਇਹ ਉਹਨੂੰ ਹੁਕਮ ਹੈ। ਸੋ ਉਹ ਕਿਸੇ ਨੂੰ ਸਜ਼ਾ ਦੇ ਰਿਹਾ, ਕਿਸੇ ਕੋਲੋਂ ਕਿਸੇ ਵੀ ਕਿਸਮ ਦਾ ਕੰਮ ਕਰਵਾ ਰਿਹਾ, ਕਿਸੇ ਵੱਲ ਉਹ ਤੱਕ ਵੀ ਨਹੀਂ ਰਿਹਾ। ਇਹ ਸਭ ਰੱਬ ਦਾ ਹੁਕਮ, ਪਰਮਾਤਮਾ ਦਾ ਹੁਕਮ ਹੈ ਕਿ ਉਹਨੂੰ ਆਰਡਰ ਹੀ ਐਸੇ ਜਾਰੀ ਹੋਏ ਨੇ ਕਿ ਤੂੰ ਇਸ ਤਰੀਕੇ ਦੇ ਨਾਲ ਇਸ ਜੀਵ ਨਾਲ ਵਰਤਣਾ ਆ, ਇਸ ਤਰੀਕੇ ਦਾ ਹੁਕਮ ਤੂੰ ਇਸ ਜੀਵ ਉੱਤੇ ਲਾਗੂ ਕਰਨਾ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਆ ਇਸ ਪੌੜੀ ਦੇ ਅਖੀਰ ਦੇ ਵਿੱਚ, ਧਰਮ ਕਰਾਏ ਕਰਮ। ਜਿਹੜਾ ਧਰਮ ਦਾ ਰਾਜਾ, ਜਿਹਨੂੰ ਧਰਮ ਰਾਜ ਕਿਹਾ ਜਾਂਦਾ ਆ, ਉਹ ਸਾਡੇ ਜੀਵਾਂ ਕੋਲ ਕਰਮ ਕਰਾਉਂਦਾ, ਧੁਰੋਂ ਫਰਮਾਇਆ, ਅਤੇ ਉਹ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਵਾਉਂਦਾ, ਉਹਨੂੰ ਵੀ ਧੁਰੋਂ ਫਰਮਾਇਆ ਗਿਆ ਆ, ਹੁਕਮ ਕੀਤਾ ਗਿਆ ਰੱਬ ਵੱਲੋਂ, ਪਰਮਾਤਮਾ ਵੱਲੋਂ ਕਿ ਤੂੰ ਐਸੇ ਕੰਮ ਕਰਵਾ ਜਿਵੇਂ ਹੁਕਮ ਨਿਰਦੇਸ਼ ਜਿਹੜੇ ਨੇ ਉਹ ਸਰਕਾਰਾਂ ਦੇ ਹੁੰਦੇ ਆ। ਲਾਗੂ ਕੌਣ ਕਰਾਉਂਦੇ ਆ? ਸਰਕਾਰਾਂ ਦੇ ਅਗਲੇ ਨੁਮਾਇੰਦੇ। ਕੋਈ ਅਫਸਰ ਕਰਵਾਉਂਦਾ ਆ, ਕੋਈ ਉਹਨਾਂ ਦੇ ਗਾਂਹ ਚਾਕਰ ਕਰਵਾਉਂਦੇ ਆ। ਹੁਕਮ ਲਾਗੂ ਕਰਾਉਣ ਵਾਸਤੇ ਖੁਦ ਸਰਕਾਰ ਨਹੀਂ ਆਉਂਦੀ, ਸਰਕਾਰ ਵੱਲੋਂ ਨਿਯਤ ਕੀਤੇ ਹੋਏ ਕਰਿੰਦੇ ਅਗਲੇ ਪਾਸੇ ਜਿਹੜੇ ਆ ਉਸ ਹੁਕਮ ਨੂੰ ਸਾਡੇ 'ਤੇ ਲਾਗੂ ਕਰਦੇ ਆ। ਇਸੇ ਤਰ੍ਹਾਂ ਰੱਬ ਪਰਮਾਤਮਾ ਨਿਰਦੇਸ਼ ਜਾਰੀ ਕਰਦਾ, ਹੁਕਮ ਜਾਰੀ ਕਰਦਾ, ਲਾਗੂ ਕਰਨ ਵਾਸਤੇ ਉਹਨੇ ਧਰਮ ਰਾਜ ਜਾਂ ਧਰਮ ਕਰਾਏ ਕਰਮ ਉਹਨੂੰ ਮੁਕਰਰ ਕੀਤਾ ਹੋਇਆ ਆ ਕਿ ਸਾਡੇ ਹੁਕਮ ਨੂੰ ਜੀਵਾਂ 'ਤੇ ਤੂੰ ਲਾਉਣਾ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਜੋ ਵਿਚਾਰਾਂ ਆਪਾਂ ਸਰਵਣ ਕਰਦੇ ਹਾਂ ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ, ਤਾਂ ਹੀ ਸਾਡੇ ਲੋਕ ਸੁਖੀਏ, ਪਰ ਲੋਕ ਸਿੱਧ ਹੋ ਸਕਦੇ ਆ। ਸੁਭਾਅ ਗੁਰੂ ਸਾਰਿਓ, ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਦੁਨੀਆ ਧੰਦਾ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਤੁਰਹੋਂ ਫੁਰਮਾਇਆ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਵਿਚਾਰਾਂ ਕਰਦੇ ਹਾਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣ।